ਜਿਵੇਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਜਿਵੇਂ ਸਾਰੇ ਹੀ ਕਹਿ ਦਿੰਦੇ ਕਿ ਲੋਕਤੰਤਰ ਦੇ ਵਿੱਚ ਹਥਿਆਰ ਚੱਕਣਾ ਜਾਇ ਜਾ ਕਿ ਨਜਾਇਜ਼ ਜਿਵੇਂ ਕਹਿੰਦੇ ਹਥਿਆਰ ਚੱਕਣ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਨਾਲ ਹੀ ਨਿੰਦਕ ਇਹ ਵੀ ਕਹਿ ਦਿੰਦੇ ਨੇ ਕਿ ਸੰਤਾ ਨੇਤਦ ਦੀ ਗੋਮਰਵਾਤੀ ਇਹ ਸਰਕਾਰਾਂ ਦੀ ਨੀਤੀ ਹੁੰਦੀ ਆ ਮਰਾਉਣਾ ਵੀ ਮੈਂ ਤਾਂ ਕਹਿਣਾ ਵੀ ਡੈਮੋਕ੍ਰੇਸੀ ਦੇ ਵਿੱਚ ਹਥਿਆਰ ਨਹੀਂ ਚੱਕੇ ਜਾਣੇ ਚਾਹੀਦੇ ਪਰ ਮੈਂ ਇਹ ਵੀ ਕਹਿਣਾ ਵੀ ਡੈਮੋਕ੍ਰੇਸੀ ਨੂੰ ਸਹੀ ਤਰ੍ਹਾਂ ਲਾਗੂ ਵੀ ਕਰਨਾ ਚਾਹੀਦਾ ਜਿਹੜੀ ਕੌਮ ਨੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਹੁਣ ਆਜ਼ਾਦੀ ਲੈਣ ਲਈ ਉਹਨੂੰ ਜੁਰਾਇਮ ਪੇਸ਼ਾ ਕੌਮ ਕਹਿ ਦੇਣਾ ਤੇ ਤੁਸੀਂ ਦੱਸੋ ਕਿ ਇਹ ਲੋਕਤੰਤਰ ਦਾ ਹਿੱਸਾ ਹੈ ਕੋਈ ਦੂਸਰੇ ਵਿਰੋਧੀ ਜਲੂਸ ਕੱਢਣ ਉਹਨਾਂ ਨੂੰ ਸਰਕਾਰਾਂ ਦੀ ਸ਼ਹਿ ਮਿਲੇ ਸਿੱਖ ਆਪਣੇ ਹੱਕਾਂ ਲਈ ਜਲੂਸ ਕੱਢਣ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਵੇ 1984 ਦੇ ਵਿੱਚ ਕਹਿੰਦੇ ਨੇ ਕਿ ਮੰਗਾਂ ਸੀ ਰੱਖੀਆਂ ਗਈਆਂ ਸਨ ਉਸ ਤੋਂ ਲੈ ਕੇ ਕੱਲੂ ਘਰਾ ਹੋਇਆ ਸੀ ਉਹ ਕਿਹੜੀਆਂ ਮੰਗਾਂ ਸਨ ਜਿਹੜੀਆਂ ਰੱਖੀਆਂ ਗਈਆਂ ਸਨ ਸੰਤ ਤੇ ਨਰ ਸਿੰਘ ਵੱਲੋਂ ਅਸੀਂ ਇੱਕ ਪਾਸੇ ਮੰਗ ਕਰ ਰਹੇ ਹਾਂ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿਓ ਜਿਹੜੀ ਗੁਰੂ ਕੀ ਨਗਰੀ ਹੋਵੇ ਉੱਥੇ ਤਮਾਕੂ ਵਰਗੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਲੋਕਾਂ ਨੇ ਉਹੀ ਨਸ਼ੇ ਦੀ ਵਰਤੋਂ ਕਰਕੇ ਇਹ ਨਾਰੇ ਲਾਏ ਊੜਾ ਐੜਾ ਨਹੀਂ ਪੜेंगे ਜੂੜੀ ਜੂੜਾ ਕਾਟ ਧਰੇਗੇ ਨੱਕ ਤੇ ਮੱਖੀ ਬਹਿਣ ਨਹੀਂ ਦੇਣੀ ਸਿਰ ਤੇ ਪਗੜੀ ਰਹਿਣ ਨਹੀਂ ਦੇਣੀ ਕੱਚ ਖੜਾ ਕਿਰਪਾਨ ਇਹਨਾਂ ਨੂੰ ਢੇਜੋ ਪਾਕਿਸਤਾਨ ਕੱਲੂਕਾਰੇ ਦਾ ਮਤਲਬ ਹੁੰਦਾ ਵੀ ਕਿਸੇ ਕੌਮ ਦਾ ਸਰਮਨਾਸ਼ ਕਰ ਦੇਣਾ ਗੁਰਦੀਪ ਸਿੰਘ ਬਰਾੜ ਨੇ ਖੁਦ ਆਪਣੇ ਆਪਣੀ ਰਾਈਟਿੰਗ ਦੇ ਵਿੱਚ ਉਹਨੇ ਪੁਸਤਕ ਲਿਖੀ ਉਹਨੇ ਖੁਦ ਇਹ ਕਿਹਾ ਹੈ 인ਦਰਾ ਗਾਂਧੀ ਨੂੰ ਵੀ ਇਹ ਗੱਲ ਕਹੀ ਸੀ ਵੀ ਤਿੰਨ ਤੋਂ 6 ਘੰਟਿਆਂ ਦੇ ਵਿੱਚ ਮੈਂ ਸੰਤਾਂ ਨੂੰ ਪਕੜ ਲਵਾਗਾ ਦਰਬਾਰ ਸਾਹਿਬ ਦਾ ਸਫਾਇਆ ਕਰ ਦਵਾਂਗਾ ਏਪੀਐਸ ਗਿੱਲ 5 ਜੂਨ ਤੱਕ ਹੱਥ ਖੜੇ ਕਰ ਚੁੱਕਾ ਸੀ ਕਿਉਂਕਿ ਜਦੋਂ ਇਹਨੇ ਪਹਿਲੇ ਦਿਨ ਬੁਲਾ ਕੀਤਾ ਪਹਿਲੇ ਦਿਨ ਤਾਂ ਇਹਨਾਂ ਨੂੰ ਇਹ ਹੀ ਨਹੀਂ ਸਮਝ ਲੱਗਦੀ ਸੀ ਵੀ ਗੋਲੀਆਂ ਆ ਕਿੱਥੋਂ ਰਹੀਆਂ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਆ ਜਿਹੜੀ ਵੀਡੀਓ ਅਸੀਂ ਤਿਆਰ ਕਰ ਰਹੇ ਆ 30 ਮਿੰਟ ਦੀ ਹੋਵੇ ਚਾਹੇ 32 ਮਿੰਟ ਦੀ ਹੋਵੇ ਤੁਸੀਂ ਇਹ ਵੀਡੀਓ ਦੇਖ ਕੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਫੈਸਲਾ ਲੈ ਕੇ ਆਪਦਾ ਜਿਹੜਾ ਵਿਚਾਰ ਥੱਲੇ ਦੇਣਾ ਤੁਹਾਨੂੰ ਵਧੀਆ ਲੱਗੀ ਆ ਜਾਂ ਨਹੀਂ ਵਧੀਆ ਲੱਗੀ ਪਰ ਤੁਹਾਡਾ ਜੋ 4 ਮਿੰਟ ਵੇਖ ਕੇ ਵੀਡੀਓ ਥੱਲੇ ਕੀਤੇ ਹੋਏ ਵਿਚਾਰ ਕਈਆਂ ਦੀਆਂ ਭਾਵਨਾਵਾਂ ਭੜਕਾਉਂਦੇ ਤੁਸੀਂ ਆਪਸ ਵਿੱਚ ਜਿੱਦੇ ਰਹਿੰਦੇ ਹੋ ਥੱਲੇ ਸੋਸ਼ਲ ਮੀਡੀਆ ਤੇ ਉਹ ਜਿਹੜੇ ਉਹ ਤੁਹਾਡੇ ਤੇ ਵੀ 네ਗੇਟਿਵ ਜਾਂਦਾ ਤੇ ਸਾਡੇ ਤੇ ਵੀ 네ਗੇਟਿਵ ਜਾਂਦਾ ਤੇ ਜਿਹੜੇ ਸੁਣਨ ਵਾਲੇ ਹੁੰਦੇ ਉਹਨਾਂ ਦੇ ਵੀ ਬੁਰਾ ਪ੍ਰਭਾਵ ਪੈਂਦਾ ਹੈ ਕਿ ਜਿਹੜੇ ਸੋਸ਼ਲ ਮੀਡੀਆ ਤੇ ਸਾਡੀ ਜਿਹੜੀ ਆਪਸੀ ਜੰਗ ਉਹ ਕਿਉਂ ਚੱਲਦੀ ਰਹਿੰਦੀ ਆ ਅੱਜ ਅਸੀਂ ਗੱਲਬਾਤ ਕਰਾਂਗੇ ਜੂਨ 1984 ਦੇ ਵਿੱਚ ਹੋਇਆ ਕੱਲੂਕਾਰਾ ਦਰਬਾਰ ਸਾਹਿਬ ਤੇ ਅਟੈਕ ਹੋਣਾ ਕਾਲ ਤਖਤ ਨੂੰ ਢਾ ਢੇਰੀ ਕਰ ਦੇਣਾ ਸ ਸਮੇਧੀਆਂ ਸਰਕਾਰਾਂ ਵੱਲੋਂ ਜਿਹੜਾ ਜ਼ੁਲਮ ਠਾਇਆ ਗਿਆ ਸੀ ਆ ਉਸ ਦੇ ਸਬੰਧ ਦੇ ਵਿੱਚ ਸੰਤਾਂ ਦੀ ਜਿਹੜੀ ਸ਼ਹਾਦਤ ਹੁੰਦੀ ਆ ਉਸ ਸਬੰਧ ਦੇ ਅਸੀਂ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਸਾਡੇ ਨਾਲ ਹਰਜੋਤ ਸਿੰਘ ਖਾਲਸਾ ਮੌਜੂਦ ਨੇ ਪਰ ਤੁਹਾਨੂੰ ਇੱਕ ਗੱਲ ਦੱਸ ਦਿੰਨੇ ਆ ਕਿ ਜਿਹੜੇ ਅਸੀਂ ਸਵਾਲ ਕਰਾਂਗੇ ਸਾਡੀਆਂ ਆਪਦੀਆਂ ਭਾਵਨਾਵਾਂ ਨਹੀਂ ਹੁੰਦੀਆਂ ਇਹ ਜਿਹੜੀਆਂ ਭਾਵਨਾਵਾਂ ਲੋਕਾਂ ਦੀਆਂ ਹੁੰਦੀਆਂ ਜਾਂ ਜਿਹੜੇ ਅੱਜਕੱਲ ਵੱਖਰੇਵੇਂ ਚੱਲ ਰਹੇ ਨੇ ਕੁਝ ਨਿੰਦਕਾਂ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਨੇ ਇਹ ਉਹ ਸਵਾਲ ਜਦੋਂ ਅਸੀਂ ਕਰਦੇ ਆ ਤੇ ਤੁਹਾਨੂੰ ਐ ਲੱਗਦਾ ਕਿ ਸ਼ਾਇਦ ਅਸੀਂ ਉਹ ਨਿੰਦਕਾਂ ਦੇ ਕੁਝ ਲੱਗਦੇ ਹੁੰਨੇ ਆ ਜਾਂ ਕੁਝ ਇਹ ਹਜੇ ਇਹ ਕੁਝ ਨਹੀਂ ਹੁੰਦਾ ਸਾਡੀ ਆਪਦੀ ਜਿਹੜੀ ਵਿਚਾਰਤਾਰਾ ਕੁਝ ਅਲੱਗ ਹੁੰਦੀ ਜਿਹੜੀ ਤੁਹਾਨੂੰ ਦਿਖ ਰਹੀ ਹੁੰਦੀ ਉਹ ਉੱਥੇ ਕੁਝ ਨਹੀਂ ਹੁੰਦਾ ਉਸਹਿਮਤ ਹੋਣਾ ਕਿਸੇ ਦਾ ਨਾ ਸਹਿਮਤ ਹੋਣਾ ਇੱਕ ਅਲੱਗ ਗੱਲ ਆ ਪਰ ਜੋ ਅਸੀਂ ਸਵਾਲ ਪੁੱਛਦੇ ਆ ਉਹ ਸਾਰਿਆਂ ਦਾ ਸਾਂਝਾ ਸਵਾਲ ਹੁੰਦਾ ਅੱਜ ਅਸੀਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਰਜੋਤ ਸਿੰਘ ਖਾਲਸਾ ਦੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ 1984 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਜਿਵੇਂ ਸਾਰੇ ਹੀ ਕਹਿ ਦਿੰਦੇ ਕਿ ਲੋਕਤੰਤਰ ਦੇ ਵਿੱਚ ਹਥਿਆਰ ਚੱਕਣਾ ਜਾਇਜ਼ ਆ ਕਿ ਨਜਾਇਜ਼ ਆ ਜਿਵੇਂ ਕਹਿੰਦੇ ਹਥਿਆਰ ਚੱਕਣ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਨਾਲ ਹੀ ਨਿੰਦਕ ਇਹ ਵੀ ਕਹਿ ਦਿੰਦੇ ਨੇ ਕਿ ਸੰਤਾ ਨੇਤ ਅਦੀ ਕੌਮ ਰਵਾਤੀ ਦੇਖੋ ਜੀ ਜੇ ਤਾਂ ਕੌਮ ਮਰਾਉਣ ਦੀ ਗੱਲ ਆ ਨਾ ਜੀ ਤਾਂ ਐਸੀ ਗੱਲ ਨਹੀਂ ਹੈ ਕਿਉਂਕਿ ਜੇ ਦੇਖਿਆ ਜਾਵੇ ਨਾ ਵੀ ਲੋਕ ਤਾਂ ਇਹ ਵੀ ਕਹਿ ਸਕਦੇ ਆ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਦੀ ਜੰਗ ਵਿੱਚ ਕਈ ਸਿੰਘ ਮਰਾਤੇ ਸਾਡੇ ਵੱਡੇ ਕੱਲੂ ਕਾਰੇ ਹੋਏ ਨੇ ਛੋਟੇ ਕੱਲੂ ਕਾਰੇ ਹੋਏ ਨੇ ਤਾਂ ਇਹ ਸਰਕਾਰਾਂ ਦੀ ਨੀਤੀ ਹੁੰਦੀ ਆ ਮਰਾਉਣਾ ਸਤਪੁਰਸ਼ ਕਦੀ ਕਿਸੇ ਨੂੰ ਮਰਾਉਣਾ ਨਹੀਂ ਚਾਹੁੰਦੇ ਹੁੰਦੇ ਰਹੀ ਗੱਲ ਹੁਣ ਡੈਮੋਕ੍ਰੇਸੀ ਦੇ ਵਿੱਚ ਹਥਿਆਰ ਚੁੱਕਣ ਦੀ ਤਮੈਂ ਇਹ ਸਪਸ਼ਟ ਕਰ ਦੇਵਾਂ ਵੀ ਮੈਂ ਤਾਂ ਕਹਿੰਨਾ ਹੈ ਵੀ ਡੈਮੋਕ੍ਰੇਸੀ ਦੇ ਵਿੱਚ ਹਥਿਆਰ ਨਹੀਂ ਚੱਕੇ ਜਾਣੇ ਚਾਹੀਦੇ ਪਰ ਮੈਂ ਇਹ ਵੀ ਕਹਿਣਾ ਵੀ ਡੈਮੋਕ੍ਰੇਸੀ ਨੂੰ ਸਹੀ ਤਰ੍ਹਾਂ ਲਾਗੂ ਵੀ ਕਰਨਾ ਚਾਹੀਦਾ ਜੇ ਤਾਂ ਕੋਈ ਡੈਮੋਕ੍ਰੇਸੀ ਨੂੰ ਸਹੀ ਤਰ੍ਹਾਂ ਲਾਗੂ ਕਰ ਰਿਹਾ ਫਿਰ ਤਾਂ ਕੋਈ ਕਵੇ ਵੀ ਹਥਿਆਰ ਕਿਉਂ ਚੁੱਕੇ ਤੇ ਜੇ ਅਸੀਂ ਆਪ ਹੀ ਨਹੀਂ ਸਹੀ ਢੰਗ ਨਾਲ ਲਾਗੂ ਕੀਤਾ ਤੇ ਸਾਨੂੰ ਕੀ ਆਕ ਅਗਲੇ ਨੂੰ ਵੀ ਤੁਸੀਂ ਆਪ ਦੇ ਹੱਕ ਇਸ ਤਰ੍ਹਾਂ ਕਿਉਂ ਮੰਗ ਰਹੇ ਇਹਦੇ ਵਿੱਚ ਮੈਂ ਕੁਝ ਤੱਤ ਸਾਹਮਣੇ ਰੱਖਣਾ ਚਾਹਾਂਗਾ ਜਿਹੜੇ ਲੋਕ ਇਹ ਕਹਿੰਦੇ ਨੇ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਕਈ ਸਾਡੇ ਪ੍ਰਚਾਰਕ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਡੈਮੋਕਰੇਸੀ ਦੇ ਵਿੱਚ ਸੰਤਾ ਨੇ ਹਥਿਆਰ ਵਾਲਾ ਰਸਤਾ ਬਣਾ ਕੇ ਬੜਾ ਗਲਤ ਕੀਤਾ ਤੇ ਮੈਂ ਕੁਝ ਤੱਤ ਇਹਨਾਂ ਸਾਰੇ ਵੀਰਾਂ ਦੇ ਸਾਹਮਣੇ ਰੱਖਣੇ ਨੇ ਤੇ ਮੈਂ ਤਾਂ ਕਹਿਣਾ ਕੋਈ ਹਿੰਦੂ ਵੀਰ ਵੀ ਹੋਵੇ ਕਿਸੇ ਵੀ ਧਰਮ ਦਾ ਵੀਰ ਹੋਵੇ ਸਾਰੇ ਤੁਸੀਂ ਸਤਿਕਾਰਯੋਗ ਹੋ ਜਿਹੜੇ ਤੱਤ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਤੁਸੀਂ ਬੜੀ ਇਮਾਨਦਾਰੀ ਨਾਲ ਸੁਣ ਕੇ ਆਪ ਫੈਸਲਾ ਕਰਿਓ ਵੀ ਜੇ ਸਿੱਖ ਕਮ ਇਹ ਕੁਝ ਨਾ ਕਰਦੀ ਤੇ ਫਿਰ ਹੋਰ ਕੀ ਕਰਦੀ ਤੁਸੀਂ ਆਪ ਦੱਸ ਦਿਓ ਦੇਖੋ ਜੀ 1947 ਦੇ ਵਿੱਚ ਸਾਨੂੰ ਆਜ਼ਾਦੀ ਮਿਲੀ ਤੇ ਦੁਨੀਆ ਦੇ ਵਿੱਚ ਅਸੀਂ ਕਹਾਉਣ ਲੱਗ ਗਏ ਵੀ ਇਹ ਡੈਮੋਕਰੈਟਿਕ ਕੰਟਰੀ ਆ ਇੱਥੇ ਹੁਣ ਲੋਕਤੰਤਰ ਲਾਗੂ ਆ ਤੇ ਲੋਕਤੰਤਰ ਸਦੌਣ ਵਾਲੇ ਦੇਸ਼ ਦੇ ਵਿੱਚ ਕੀ ਹੋਇਆ ਆਜ਼ਾਦੀ ਤੋਂ ਕੁਝ ਸਮਾਂ ਬਾਅਦ ਮੈਂ ਕੁਝ ਕੁ ਕਟਣਾਵਾ ਤੇ ਮੈਂ ਸੰਗਤ ਨੂੰ ਇਹ ਵੀ ਦੱਸ ਦਵਾ ਮੈਂ ਕੁਝ ਬੁੱਕਸ ਰੈਫਰ ਕਰੂੰਗਾ ਤੁਸੀਂ ਉਹ ਜ਼ਰੂਰ ਪੜਿਓ ਕਿਉਂਕਿ ਥੋੜੇ ਸਮੇਂ ਦੇ ਵਿੱਚ ਤਾਂ ਮੈਂ ਬਹੁਤ ਥੋੜੇ ਤਾਥੀ ਰੱਖ ਸਕਦਾ ਹੈ ਇੱਕ ਜੀ ਪੁਸਤਕ ਹੈਗੀ ਆ ਕਿਉਂ ਕੀਤਾ ਵੇਸਾਉ ਸਰਦਾਰ ਨਰੈਣ ਸਿੰਘ ਦੀ ਇਸ ਪੁਸਤਕ ਦੇ ਹਵਾਲੇ ਦੇ ਵਿੱਚੋਂ ਮੈਂ ਕੁਝ ਕਟਨਾਵਾਂ ਸਾਂਝੀਆਂ ਕਰਨੀਆਂ ਨੇ ਸਭ ਤੋਂ ਪਹਿਲੀ ਗੱਲ ਕੁਝ ਮਹੀਨੇ ਬਾਅਦ ਜਦੋਂ ਆਜ਼ਾਦੀ ਹੋਈ ਕੁਝ ਮਹੀਨੇ ਬਾਅਦ ਇੱਕ ਮੰਤਰੀ ਦਾ ਖਾਸ ਨਜ਼ਦੀਕੀ ਜਿਹੜਾ ਅਫਸਰ ਸੀ ਉਹ ਇੱਕ ਪਿੰਡ ਦੇ ਵਿੱਚ ਗਿਆ ਕਹਿੰਦੇ ਵੀ ਇੱਕ ਸਿੱਖ ਬੈਠਾ ਸੀ ਦਾੜੇ ਵਾਲਾ ਸੋਹਣੇ ਦਾੜੇ ਵਾਲਾ ਇਸ ਅਫਸਰ ਨੇ ਲੋਕਤੰਤਰ ਸੰਦੌਣ ਵਾਲੇ ਦੇਸ਼ ਦੇ ਇਸ ਅਫਸਰ ਨੇ ਉਸ ਸਿੱਖ ਦਾ ਦਾੜਾ ਪਟਿਆ ਉਹਨੂੰ ਆਪਣੇ ਪੈਰਾਂ 'ਚ ਲਤਾੜਿਆ ਅਗ ਲਾਈ ਤੇ ਨਾਲ ਉਹਨੇ ਬੋਲ ਕੇ ਕਿਹਾ ਵੀ ਹੁਣ ਤੁਹਾਡੇ ਸਿੱਖਾਂ ਨਾਲ ਆਹੀ ਕੁਝ ਹੋਣਾ ਹੈ ਲੋਕਤੰਤਰ ਦੇ ਵਿੱਚ ਆਜ਼ਾਦੀ ਤੋਂ ਕੁਝ ਸਮਾਂ ਬਾਅਦ ਸਾਡੇ ਨਾਲ ਇਹ ਕੁਝ ਕੀਤਾ ਗਿਆ ਕੁਝ ਸਮੇਂ ਬਾਅਦ ਕੋਈ ਇਹ ਬਿਆਨ ਦੇ ਦਿੰਦਾ ਹੈ ਕਿ ਇਹ ਇੱਕ ਜੁਰਾਇਮ ਪੇਸ਼ਾ ਕੌਮ ਹੈ ਜਿਹੜੀ ਕੌਮ ਨੇ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ ਹੁਣ ਆਜ਼ਾਦੀ ਲੈਣ ਲਈ ਉਹਨੂੰ ਜੁਰਾਇਮ ਪੇਸ਼ਾ ਕੌਮ ਕਹਿ ਦੇਣਾ ਤੇ ਤੁਸੀਂ ਦੱਸੋ ਕਿ ਇਹ ਲੋਕਤੰਤਰ ਦਾ ਹਿੱਸਾ ਹੈ ਇਹ ਸੰਗਤ ਆਪ ਫੈਸਲਾ ਕਰੇ ਤਾਂ ਮੈਂ ਕੁਝ ਅੰਕੜੇ ਜ਼ਰੂਰ ਤੁਹਾਡੇ ਸਾਹਮਣੇ ਰੱਖਾਂ ਇਹ ਵੀ ਸਰਦਾਰ ਨਰੈਣ ਸਿੰਘ ਦੀ ਇਸ ਪੁਸਤਕ ਦੇ ਵਿੱਚ ਦਰਜ ਹਨ ਕਿ ਸਿੱਖਾਂ ਨੇ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕਹਿੰਦੇ ਨੇ ਵੀ ਤਕਰੀਬਨ 76% ਤੋਂ ਜ਼ਿਆਦਾ ਮੈਨੂੰ ਅੰਕੜੇ ਜੇ ਮੈਂ ਗਲਤ ਨਾ ਹੋਵਾਂ ਤਕਰੀਬਨ 121 ਜਾਂ 126 ਫਾਂਸੀਆਂ ਹੋਈਆਂ ਸੀ ਆਜ਼ਾਦੀ ਦੇ ਇਸ ਲਹਿਰ ਦੇ ਵਿੱਚ ਤੇ ਉਹਦੇ ਵਿੱਚੋਂ 90 ਤੋਂ ਵੱਧ ਸਿੱਖਾਂ ਨੇ ਫਾਂਸੀਆਂ ਫਾਂਸੀ ਤੇ ਚੜੇ ਨੇ ਸਿੱਖ ਫਾਂਸੀ ਤੇ ਚੜ ਕੇ ਸ਼ਹਾਦਤ ਦਾ ਜਾਮ ਪੀਤਾ ਹੈ ਇਸੇ ਤਰ੍ਹਾਂ 2600 ਤੋਂ ਵੱਧ ਜਿਹੜੇ ਲੋਕ ਸੀ ਕਾਲੇ ਪਾਣੀ ਭੇਜੇ ਗਏ ਜਿਦੇ ਵਿੱਚ 2100 ਤੋਂ ਵੱਧ ਕੱਲੇ ਸਿੱਖ ਸੀ ਕਾਮਾਗਾਟਾ ਮਾਰੂ ਦੇ ਵਿੱਚ ਤਕਰੀਬਨ ਸਾਰੇ ਦੇ ਸਾਰੇ ਸਿੰਘ ਸੀ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੋਂ ਕੁੱਲ ਮਿਲਾ ਕੇ ਕਹਿ ਦਈਏ ਵੀ 80% ਤੋਂ ਜ਼ਿਆਦਾ ਜਿਸ ਕੌਮ ਨੇ ਸ਼ਹਾਦਤਾਂ ਦਿੱਤੀਆਂ ਹੋਣ ਉਹਨੂੰ ਕੋਈ ਜੁਰਾਇਮ ਪੇਸ਼ਾ ਕੌਮ ਕਵੇ ਕਿ ਇਹ ਕੁਝ ਲੋਕਤੰਤਰ ਦਾ ਹਿੱਸਾ ਹੈ ਫਿਰ ਇੱਕ ਹੋਰ ਤੱਤ ਮੈਂ ਰੱਖ ਕੇ ਫਿਰ ਆਪਾਂ ਮੈਂ ਇਹਨੂੰ ਸੰਕੋਚਣ ਤੇ ਆਵਾਂਗਾ ਤੇ ਫੈਸਲਾ ਸੰਗਤ ਕਰੇ ਇੱਥੇ ਆਜ਼ਾਦੀ ਤੋਂ ਕੁਝ ਸਮੇਂ ਬਾਅਦ ਹੀ ਸਾਡੇ ਇਸ ਦੇਸ਼ ਦੇ ਵਿੱਚ ਪਹਿਲਾ ਦੁਸ਼ਹਿਰਾ ਮਨਾਇਆ ਗਿਆ ਜੀ ਆਜ਼ਾਦੀ ਤੋਂ ਅਗਲੇ ਸਾਲ ਪਹਿਲਾ ਦੁਸ਼ਹਿਰਾ ਮਨਾਇਆ ਗਿਆ ਚਲੋ ਉਹਨਾਂ ਨੇ ਰਾਮ ਝਲਕੀਆਂ ਕੱਢੀਆਂ ਰਾਮਲੀਲਾ ਕੀਤੀ ਸਭ ਕੁਝ ਮੁਬਾਰਕ ਏ ਪਰ ਉਹਦੇ ਵਿੱਚ ਇਹਨਾਂ ਲੋਕਾਂ ਨੇ ਕੀ ਕੀਤਾ ਇੱਕ ਸਿੱਖ ਬਣਾਇਆ ਜੀ ਦਾੜਾ ਲਾਇਆ ਪੱਗ ਬੰਨੀ ਸਿੱਖਾਂ ਵਾਲੇ ਬਸਤਰ ਪਹਿਨ ਆਏ ਉਹਨੂੰ ਬਿਲਕੁਲ ਗੰਦੇ ਗਾਰੇ ਦੇ ਨਾਲ ਲਬੇੜ ਕੇ ਦਾੜਾ ਗੰਦੇ ਗਾਰੇ ਨਾਲ ਝੋ ਰਿਆ ਹੈ ਜੀ ਇਸ ਤਰ੍ਹਾਂ ਉਸ ਰਾਮਚਲਕੀਆਂ ਦੇ ਵਿੱਚ ਲਾਜਾਰੇ ਨੇ ਹੱਥ ਵਿੱਚ ਤਾਲ ਥਾਲ ਪਕੜਾਤਾ ਉਹਦੇ ਵਿੱਚ ਮੱਜ ਦਾ ਗੋਹਾ ਰੱਖਿਆ ਤੇ ਉਹ ਕੋਈ ਪੁੱਛਦਾ ਵੀ ਤੂੰ ਭਾਈ ਕਿੱਥੋਂ ਆਇਆ ਤੇ ਕੀ ਕਰ ਰਿਹਾ ਤੋ ਉਹਦੇ ਵੱਲੋਂ ਇਹ ਜਵਾਬ ਦਵਾਇਆ ਜਾਂਦਾ ਸੀ ਕਿ ਮੈਂ ਦਰਬਾਰ ਸਾਹਿਬ ਤੋਂ ਆਇਆ ਤੇ ਇਹ ਪ੍ਰਸ਼ਾਦ ਲੈ ਕੇ ਆਇਆ ਹੁਣ ਸ਼ਰੈ ਆਮ ਆਜ਼ਾਦੀ ਤੋਂ ਕੁਝ ਸਮੇਂ ਬਾਅਦ ਸਿੱਖਾਂ ਨੂੰ ਇਸ ਢੰਗ ਨਾਲ ਜਲੀਲ ਕੀਤਾ ਜਾ ਰਿਹਾ ਮੈਂ ਇਹ ਸਵਾਲ ਸੰਗਤ ਨੂੰ ਕਰਦਾ ਕਿਸੇ ਵੀ ਧਰਮ ਦੇ ਹੋਣ ਤੁਸੀਂ ਦੱਸੋ ਵੀ ਜੇ ਇਹ ਕਹਿੰਦੇ ਹੋ ਵੀ ਲੋਕਤੰਤਰ ਵਿੱਚ ਹਥਿਆਰ ਚੁੱਕਣਾ ਜਾਇਜ਼ ਏ ਕਿ ਨਹੀਂ ਤੁਸੀਂ ਦੱਸੋ ਲੋਕਤੰਤਰ ਵਿੱਚ ਇਸ ਤਰ੍ਹਾਂ ਕਿਸੇ ਨੂੰ ਜਲੀਲ ਕਰਨਾ ਜਾਇਜ਼ ਏ ਕਿ ਨਹੀਂ ਕਿਸੇ ਦੇ ਦਾੜੇ ਪੁੱਟਣੇ ਜਾਇਜ਼ ਏ ਕਿ ਨਹੀਂ ਕੋਈ ਦੂਸਰੇ ਵਿਰੋਧੀ ਜਲੂਸ ਕੱਢਣ ਉਹਨਾਂ ਨੂੰ ਸਰਕਾਰਾਂ ਦੀ ਸ਼ੈ ਮਿਲੇ ਸਿੱਖ ਆਪਣੇ ਹੱਕਾਂ ਲਈ ਜਲੂਸ ਕੱਢਣ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਵੇ ਕੀ ਲੋਕਤੰਤਰ ਦੇ ਵਿੱਚ ਇਹ ਜਾਇਜ਼ ਹੈ ਜੇ ਜਾਇਜ਼ ਏ ਤੇ ਫਿਰ ਸ਼ਸਤਰ ਚੁੱਕਣਾ ਵੀ ਜਾਇਜ਼ ਆ ਤਾਂ ਮੈਂ ਇਸ ਚੀਜ਼ ਨੂੰ ਗਲਤ ਨਹੀਂ ਮੰਨਦਾ ਜੀ ਜਿਵੇਂ ਤੁਸੀਂ ਗੱਲਬਾਤ ਕੀਤੀ ਕਿ 76% ਜਦੋਂ ਕੁਰਬਾਨੀਆਂ ਹੋਈਆਂ ਉਹਦੇ ਵਿੱਚ ਸਿੱਖਾਂ ਦੀਆਂ 76% ਕੁਰਬਾਨੀਆਂ ਹੋਈਆਂ ਹਨਾ ਉਹ ਜਦੋਂ ਕੁਰਬਾਨੀਆਂ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਹੈ ਦੇਸ਼ ਅਲੱਗ ਹੁੰਦੇ ਨੇ ਭਾਰਤ ਅਲੱਗ ਦੇਸ਼ ਬੰਦਾ ਪਾਕਿਸਤਾਨ ਅਲੱਗ ਦੇਸ਼ ਬੰਦਾ ਜਦੋਂ 76% ਕੁਰਬਾਨੀਆਂ ਹੀ ਦੇ ਦਿੱਤੀਆਂ ਤੇ ਫਿਰ ਆਪਾਂ ਅਲੱਗ ਦੇਸ਼ ਕਿਉਂ ਨਹੀਂ ਬਣਾਇਆ ਦੇਖੋ ਇਹਦੇ ਵਿੱਚ ਮੈਨੂੰ ਦੋ ਕਾਰਨ ਲੱਗਦੇ ਨੇ ਜਦੋਂ ਮੈਂ ਇਹ ਇਤਿਹਾਸ ਦੀਆਂ ਪੁਸਤਕਾਂ ਪੜ੍ਹੀਆਂ ਨੇ ਇੱਥੇ ਵੀ ਮੈਂ ਇੱਕ ਬੁੱਕ ਰੈਫਰ ਕਰਾਂਗਾ ਕਿਉਂਕਿ ਦੇਖੋ ਇਹ ਬੜਾ ਗੰਭੀਰ ਮਸਲਾ ਹੈ ਮੈਂ ਬੁੱਕਸ ਤਾਂ ਰੈਫਰ ਕਰ ਰਿਹਾ ਕਿ ਤੁਸੀਂ ਆਪ ਕੋਖ ਕਰ ਲਿਓ ਵੀ ਕਈ ਵਾਰੀ ਨਾ ਅਸੀਂ ਕੱਲੇ ਬੰਦਿਆਂ ਨੂੰ ਟਾਰਗੇਟ ਕਰ ਲੈਨੇ ਆ ਸਰਦਾਰ ਕਪੂਰ ਸਿੰਘ ਉਹਨਾਂ ਦੇ ਵੱਲੋਂ ਲਿਖੀ ਹੋਈ ਸਾਚੀ ਸਾਖੀ ਪੁਸਤਕ ਉਹਦੇ ਵਿੱਚੋਂ ਮੈਂ ਕੁਝ ਤੱਤ ਸਾਹਮਣੇ ਰੱਖਨੇ ਨੇ ਅਸਲ ਦੇ ਵਿੱਚ ਇਹ ਲੋਕਾਂ ਜਿਨ੍ਹਾਂ ਨਾਲ ਅੱਜ ਰਹਿ ਰਹੇ ਆ ਨਾ ਜੀ ਜਿਹੜੀ ਕਾਮਨ ਨਾਲ ਅੱਜ ਰਹਿ ਰਹੇ ਆ ਤੇ ਜਿਨ੍ਹਾਂ ਦੀ ਸਰਕਾਰ ਅੱਜ ਦਿੱਲੀ ਵਿੱਚ ਹੈ ਇਹਨਾਂ ਲੋਕਾਂ ਨੇ ਪਹਿਲੀ ਤਾਂ ਗੱਲ ਸਾਡੇ ਨਾਲ ਵਾਦੇ ਇਸ ਤਰ੍ਹਾਂ ਕੀਤੇ ਕਿ ਭੋਲੇ ਪਾਲੇ ਸਿੱਖ ਉਹਨਾਂ ਦੇ ਵਾਦਿਆਂ ਤੇ ਵਿਸ਼ਵਾਸ ਕਰ ਬੈਠੇ ਮੈਂ ਕੁਝ ਤੱਤ ਸਾਹਮਣੇ ਰੱਖਾਂ 1929 ਦੇ ਵਿੱਚ ਲਾਹੌਰ ਦੇ ਵਿੱਚ ਇੱਕ ਕਨਵੈਨਸ਼ਨ ਹੋਈ ਇਹਨਾਂ ਨਹਿਰੂ ਹੋਣਾ ਨੇ ਮਹਾਤਮਾ ਗਾਂਧੀ ਹੋਣਾ ਨੇ ਇਸ ਦਾ ਇਕੱਠ ਕੀਤਾ ਔਰ ਉਸ ਇਕੱਠ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਸੀ ਕਿ ਜਦੋਂ ਸਾਨੂੰ ਆਜ਼ਾਦੀ ਮਿਲੀ ਕਿਉਂਕਿ ਸਿੱਖ ਸਭ ਤੋਂ ਵੱਧ ਸ਼ਹਾਦਤਾਂ ਦੇ ਰਹੇ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਸਭ ਤੋਂ ਵੱਧ ਸ਼ਮੂਲੀਅਤ ਕਰ ਰਹੇ ਨੇ ਇਸ ਕਰਕੇ ਅਸੀਂ ਸਿੱਖਾਂ ਨੂੰ ਇਹ ਮਾਣ ਦੇਣਾ ਚਾਹੁੰਦੇ ਆ ਇਹ ਮਤਾ ਪਾਸ ਕਰ ਰਹੇ ਆ ਨਹਿਰੂ ਹੋਣਾ ਦੇ ਵੱਲੋਂ ਪਾਸ ਕੀਤਾ ਮਤਾ ਕਿ ਸੰਵਿਧਾਨ ਦੇ ਵਿੱਚ ਐਸੀ ਕੋਈ ਵੀ ਚੀਜ਼ ਲਾਗੂ ਨਹੀਂ ਕੀਤੀ ਜਾਵੇਗੀ ਜਿਹੜੀ ਸਿੱਖਾਂ ਨੂੰ ਮਨਜ਼ੂਰ ਨਾ ਹੋਵੇ ਇਹ ਵਾਅਦੇ ਕੀਤੇ ਫਿਰ ਕੁਝ ਸਮਾਂ ਲੰਘਿਆ ਮਹਾਤਮਾ ਗਾਂਧੀ ਨੇ ਵੀ ਇੱਕ ਸਪੀਚ ਦੇ ਵਿੱਚ ਜਿਹੜੀ ਸੀਸਗੰਜ ਦਿੱਤੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਸਿੱਖਾਂ ਨਾਲ ਕਦੀ ਵਿਤਕਰਾਂ ਨਹੀਂ ਕਰਾਂਗੇ ਤੇ ਜੇ ਕੀਤਾ ਸਿੱਖ ਇੰਨੀ ਬਹਾਦਰ ਕੌਮ ਆ ਵੀ ਇਹਨੂੰ ਆਪਣੇ ਹੱਕ ਲੈਣੇ ਆਉਂਦੇ ਨੇ ਮਹਾਤਮਾ ਗਾਂਧੀ ਦੀ ਸਪੀਚ ਸਮਾਂ ਲੰਘਿਆ ਇਸ ਜਵਾਰਲਾਲ ਨਹਿਰੂ ਨੇ ਵੀ ਇਹ ਵਾਅਦਾ ਕੀਤਾ ਕਿ ਅਸੀਂ ਸਿੱਖਾਂ ਨੂੰ ਇੱਕ ਐਸੀ ਜਗ੍ਹਾ ਦੇਵਾਂਗੇ ਜਿੱਥੇ ਇਹ ਆਜ਼ਾਦੀ ਦੇ ਨਾਲ ਵਿਚਰ ਸਕਦੇ ਨੇ ਪਰ ਜਦੋਂ ਦੇਸ਼ ਆਜ਼ਾਦ ਹੋਇਆ ਇਹ ਸਾਰੇ ਇਹਨਾਂ ਵਾਅਦਿਆਂ ਤੋਂ ਮੁਕਰ ਗਏ ਮਾਸਟਰ ਤਾਰਾ ਸਿੰਘ ਨੇ ਇਹ ਗੱਲ ਨਹਿਰੂ ਹੁਣਾਂ ਨੂੰ ਯਾਦ ਵੀ ਦਵਾਈ ਵੀ ਤੁਸੀਂ ਵਾਅਦਾ ਕੀਤਾ ਸੀ ਹੁਣ ਮੁਕਰ ਕਿਉਂ ਰਹੇ ਹੋ ਤੇ ਆਜ਼ਾਦੀ ਤੋਂ ਬਾਅਦ ਇਹ ਨਹਿਰੂ ਹਣੀ ਇਹ ਸ਼ਬਦ ਵਰਤਦੇ ਨੇ ਵੀ ਹੁਣ ਸਮਾਂ ਬਦਲ ਗਿਆ ਹੈ ਹੁਣ ਇਸ ਵਿਸ਼ੇ ਤੇ ਗੱਲ ਨਹੀਂ ਹੋ ਸਕਦੀ ਤੇ ਇੱਕ ਤਾਂ ਵੀ ਅਸੀਂ ਇਹਨਾਂ ਦੇ ਵਾਅਦੇਾਂ ਤੇ ਆ ਗਏ ਜਿਹਦੇ ਨਾਲ ਸਾਡੇ ਤੇ ਧੋਖਾ ਹੋਇਆ ਦੂਸਰੀ ਗੱਲ ਸਾਡੇ ਉਸ ਸਮੇਂ ਜਿਹੜੇ ਆਗੂਆਂ ਨੇ ਇਸ ਚੀਜ਼ ਵਿੱਚ ਸ਼ਮੂਲੀਅਤ ਕੀਤੀ ਉਹਨਾਂ ਨੂੰ ਗद्दार ਕਹਿ ਲੋ ਜਾਂ ਬੇਸਮਝ ਕਹਿ ਲੋ ਕਿਉਂਕਿ ਜਦੋਂ ਅੰਗਰੇਜ਼ਾਂ ਨੇ ਇਹਨਾਂ ਤਿੰਨੇ ਤਿੰਨੇ ਕੌਮਾਂ ਨੂੰ ਬੁਲਾਇਆ ਸੀ ਨਾ ਮੁਸਲਮਾਨਾਂ ਦੇ ਵੱਲੋਂ ਜਿੰਨਾ ਗਿਆ ਸੀ ਮੁਹੰਮਦ ਅਲੀ ਜਿੰਨਾ ਤੇ ਇਹਨਾਂ ਦੇ ਵੱਲੋਂ ਜਿਹੜੇ ਗਾਂਧੀ ਗਿਆ ਸੀ ਫਿਰ ਨਹਿਰੂ ਜੀ ਗਏ ਸੀ ਚਲੋ ਮੈਂ ਜੀ ਲਾ ਦਿੱਤਾ ਜਿਵੇਂ ਵੀ ਕਹਿ ਲਵੋ ਇਹ ਗਏ ਤੇ ਸਿੱਖਾਂ ਵੱਲੋਂ ਗਏ ਬਲਦੇਵ ਸਿੰਘ ਇਹ ਉੱਥੇ ਪਹੁੰਚੇ ਨੇ ਜੀ ਹੁਣ ਹਿੰਦੂਆਂ ਨੂੰ ਆਪਣਾ ਦੇਸ਼ ਮਿਲਣਾ ਸੀ ਇਹ ਤਾਂ ਤੈਅ ਸੀ ਉਹਨਾਂ ਦਾ ਇਲਾਕਾ ਜਿਹੜਾ ਤੈਅ ਹੋ ਗਿਆ ਮੁਸਲਮਾਨਾਂ ਨੂੰ ਪੁੱਛਿਆ ਗਿਆ ਜਿਨ੍ਹਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਥੋੜਾ ਜਿਹਾ ਇਲਾਕਾ ਲੈ ਕੇ ਕੀ ਕਰੋਗੇ ਤੇ ਉਹਨੇ ਨਾਲ ਦੀ ਜੇਬ ਚੋਂ ਰਮਾਲ ਕੱਢ ਕੇ ਇਹ ਕਿਹਾ ਸੀ ਵੀ ਮੈਨੂੰ ਰਮਾਲ ਜਿੰਨਾ ਵੀ ਟੁਕੜਾ ਮਿਲ ਜਾਵੇ ਨਾ ਪਰ ਹੋਵੇ ਮੇਰਾ ਆਪਣਾ ਮੈਂ ਉਹਨਾਂ ਟੁਕੜਾ ਵੀ ਲੈਣ ਨੂੰ ਤਿਆਰ ਹਾਂ ਪਰ ਅਸੀਂ ਆਜ਼ਾਦੀ ਨਾਲ ਵਿਚਰਨਾ ਚਾਹੁੰਦੇ ਹਾਂ ਅਸੀਂ ਇਹਨਾਂ ਲੋਕਾਂ ਤੇ ਭਰੋਸਾ ਨਹੀਂ ਕਰ ਸਕਦੇ ਇਸ਼ਾਰਾ ਨਹਿਰੂ ਉਹਨਾਂ ਵੱਲ ਸੀ ਜਿਨ੍ਹਾਂ ਨੇ ਇਹ ਗੱਲ ਕਹੀ ਹੁਣ ਵਾਰੀ ਆਈ ਜਦੋਂ ਸਿੱਖਾਂ ਦੀ ਤੇ ਇਹ ਬਲਦੇਵ ਸਿੰਘ ਦੀ ਇੰਨੀ ਨਾ ਸਮਝੀ ਸੀ ਪਹਿਲੀ ਗੱਲ ਨਹਿਰੂ ਨੇ ਇਹਨੂੰ ਆਪਣੀ ਗਲਵੱਕੜੀ ਚ ਲੈ ਲਿਆ ਤੇ ਕਿਆ ਵੀ ਸਾਡੇ ਤਾਂ ਰਿਸ਼ਤੇ ਹੀ ਬੜੇ ਡੂੰਗੇ ਨੇ ਸਾਡਾ ਤਾਂ 9 ਮਾਸ ਦਾ ਰਿਸ਼ਤਾ ਹੈ ਤੇ ਅਸੀਂ ਤਾਂ ਤੁਹਾਨੂੰ ਵਾਅਦਾ ਕਰ ਦਿੱਤਾ ਵੀ ਅਸੀਂ ਤੁਹਾਨੂੰ ਹਰ ਤਰੀਕੇ ਦੀ ਆਜ਼ਾਦੀ ਦਵਾਂਗੇ ਤੋਂ ਇਸ ਪ੍ਰਕਾਰ ਉਹਨੂੰ ਗਲਵੱਕੜੀ ਚ ਲੈ ਲਿਆ ਬਿਨਾ ਅਸੀਂ ਆਪਣਾ ਹੱਕ ਮੰਗੇ ਬਿਨਾ ਆਪਣਾ ਇਲਾਕਾ ਤੈਅ ਕੀਤੇ ਇਹ ਬਲਦੇਵ ਸਿੰਘ ਨਹਿਰੂ ਦੇ ਨਾਲ ਜਹਾਜ਼ ਤੇ ਸਵਾਰ ਹੋ ਕੇ ਆ ਗਿਆ ਤੋਂ ਇਹ ਕਾਰਨ ਸੀ ਵੀ ਇੱਕ ਤਾਂ ਉਸ ਬੰਦੇ ਦੀ ਗਦਾਰੀ ਨਾ ਸਮਝੀ ਦੂਸਰਾ ਉਹਨਾਂ ਦੇ ਵਾਅਦਿਆਂ ਵਿੱਚ ਆ ਜਾਣਾ ਜਿਹਦੇ ਕਰਕੇ ਅਸੀਂ ਧੋਕਾ ਖਾ ਗਏ ਔਰ ਬਾਅਦ ਦੇ ਵਿੱਚ ਸਾਨੂੰ ਜੋ ਕੁਝ ਚੱਲਣਾ ਪਿਆ ਈਵਨ ਕਿ ਅਸੀਂ ਆਪਣੇ ਸੂਬੇ ਦੀ ਵੀ ਮੰਗ ਕਰਦੇ ਜਿਹੜੇ ਲੋਕ ਕਹਿੰਦੇ ਸੀ ਵੀ ਤੁਹਾਨੂੰ ਆਜ਼ਾਦ ਇਲਾਕਾ ਦੇਵਾਂਗੇ ਤੇ ਅਸੀਂ ਆਪਣੇ ਆਪਣੀ ਭਾਸ਼ਾ ਦੇ ਮੁਤਾਬਕ ਸੂਬੇ ਦੀ ਵੀ ਗੱਲ ਕੀਤੀ ਤੇ ਸਾਨੂੰ ਉਹਦੇ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸਮਾ ਲੰਘਣ ਤੇ ਇੰਦਰਾ ਗਾਂਧੀ ਨੇ ਜੇ ਦਿੱਤਾ ਵੀ ਤੇ ਉਹ ਵੀ ਲੰਗੜਾ ਕਰਕੇ ਐਨਾ ਵੰਡ ਦਿੱਤਾ ਗਿਆ ਵੀ ਸਾਡੇ ਕੋਲ ਕੋਈ ਤਾਕਤ ਹੀ ਨਹੀਂ ਰਹੀ ਤੋ ਇਹ ਕੁਝ ਸਾਡੇ ਨਾਲ ੱੱੱਕਾ ਹੋਇਆ ਤੇ ਕਾਰਨ ਇਹੀ ਜਿਹੜੇ ਜਿਵੇਂ 1984 ਦੀ ਗੱਲਬਾਤ ਕਰ ਰਹੇ ਸੀ 1984 ਦੇ ਵਿੱਚ ਕਹਿੰਦੇ ਨੇ ਕਿ ਮੰਗਾਂ ਸੀ ਰੱਖੀਆਂ ਗਈਆਂ ਸਨ ਉਸ ਤੋਂ ਲੈ ਕੇ ਖੱਲੂ ਘਰਾ ਹੋਇਆ ਸੀ ਉਹ ਕਿਹੜੀਆਂ ਮੰਗਾਂ ਸਨ ਜਿਹੜੀਆਂ ਰੱਖੀਆਂ ਗਈਆਂ ਸਨ ਸнт ਚਰਨ ਸਿੰਘ ਵੱਲੋਂ आनंदपुर मते बारे मैं संगत नु कहवांगा ਵੀ ਆਨੰਦਪੁਰ ਮਤੇ ਬਾਰੇ ਨਾ ਪੂਰੀ ਸਰਚ ਕਰਿਓ ਕਿਉਂਕਿ 17 18 ਦੇ ਤਕਰੀਬਨ ਇਹ ਮਤੇ ਸੀ ਤੇ ਇਹ ਸਾਰੇ ਥੋੜੇ ਸਮੇਂ ਦੇ ਵਿੱਚ ਬਿਆਨ ਵੀ ਨਹੀਂ ਹੋਣੇ ਪਰ ਮੈਂ ਮੋٹے ਮੋٹے ਮਤੇ ਜਿਹੜੇ ਸੀ ਉਹਦੇ ਵਿੱਚ ਕਹੇ ਗਏ ਕੁਝ ਸ਼ਰਤਾਂ ਕੁਝ ਮੰਗਾ ਜਿਹੜੀਆਂ ਸਾਡੇ ਵੱਲੋਂ ਮੰਗੀਆਂ ਗਈਆਂ ਤੇ ਉਹ ਮੰਗਾ ਕੋਈ ਬਹੁਤੀਆਂ ਵੱਡੀਆਂ ਨਹੀਂ ਸੀ ਸਰਕਾਰ ਚਾਹੁੰਦੀ ਹੈ ਕੱਲੂਕਾਰਾਂ ਰੋਕ ਸਕਦੀ ਸੀ ਸਭ ਕੁਝ ਰੋਕ ਸਕਦੀ ਸੀ ਮੈਂ ਸੰਗਤਾਂ ਸਾਹਮਣੇ ਇਹ ਮੰਗਾ ਰੱਖ ਰੱਖਦਾ ਹਾਂ ਤੇ ਤੁਸੀਂ ਆਪ ਫੈਸਲਾ ਕਰੋ ਵੀ ਕਿੱਡੀ ਕੁ ਵੱਡੀ ਗੱਲ ਸੀ ਇੱਕ ਤਾਂ ਇਹ ਮੰਗ ਰੱਖੀ ਗਈ ਕਿ ਸ੍ਰੀ ਦਰਬਾਰ ਸਾਹਿਬ ਤੇ ਜਿਹੜਾ ਕੀਰਤਨ ਹੁੰਦਾ ਗੁਰਬਾਣੀ ਹੁੰਦੀ ਉਹਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਪੂਰੇ ਦੇਸ਼ ਦੇ ਵਿੱਚ ਇਹ ਮੰਗ ਉਦੋਂ ਮੰਗੀ ਗਈ ਜਦੋਂ ਸਾਰਾ ਕੱਲੂਕਾਰਾ ਹੋ ਗਿਆ ਪਹਿਲਾਂ ਉਦੋਂ ਮੰਗੀ ਨਹੀਂ ਮੰਨੀ ਨਹੀਂ ਗਈ ਬਾਅਦ ਵਿੱਚ ਮੰਨੀ ਗਈ ਉਦੋਂ ਮੰਨੀ ਨਹੀਂ ਗਈ ਦੂਸਰੀ ਇੱਕ ਸਾਡੀ ਇਹ ਮੰਗ ਸੀ ਵੀ ਜਿਵੇਂ ਤੁਸੀਂ ਆਪ ਦੇ ਕਈ ਇਲਾਕਿਆਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਹੈ ਸਾਡੇ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਬਹੁਤ ਪਵਿੱਤਰ ਰਾ ਜਿਹੜਾ ਗੁਰੂ ਸਾਹਿਬ ਨੇ ਵਸਾਇਆ ਹੋਵੇ ਚੱਤੇ ਪੈਰ ਜਿੱਥੇ ਅਠੇ ਪੈਰ ਜਿੱਥੇ ਕੀਰਤਨ ਹੁੰਦਾ ਹੋਵੇ ਤੁਸੀਂ ਉਹਨੂੰ ਇੱਕ ਪਵਿੱਤਰ ਸ਼ਹਿਰ ਦਾ ਦਰਜਾ ਦੇਓ ਤੇ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਮਤਲਬ ਪਤਾ ਕੀ ਹੁੰਦਾ ਵੀ ਉੱਥੇ ਨਸ਼ਾ ਨਹੀਂ ਵੇਖ ਸਕਦਾ ਇਸ ਤਰ੍ਹਾਂ ਤੰਬਾਕੂ ਦੀ ਵਰਤੋਂ ਨਹੀਂ ਹੋ ਸਕਦੀ ਤੋਂ ਇਹ ਅਸੀਂ ਮੰਗ ਰੱਖੀ ਪਰ ਇਹ ਵੀ ਮੰਨੀ ਨਹੀਂ ਗਈ ਮੰਨਣੀ ਤਾਂ ਦੂਰ ਦੀ ਗੱਲ ਉਲਟਾ ਇਹਨਾਂ ਲੋਕਾਂ ਨੇ ਪਤਾ ਕੀ ਕੀਤਾ ਜੀ ਇਹਨਾਂ ਨੇ ਇੱਕ ਜਲੂਸ ਕੱਢਿਆ ਜਿਦੇ ਵਿੱਚ ਇਹਨਾਂ ਨੇ ਸਿਗਰਟਾਂ ਫੂਕ ਕੇ ਕੁਝ ਨਾਰੇ ਲਾਏ ਮੈਂ ਉਹ ਨਾਰੇ ਕੁਝ ਤੁਹਾਡੇ ਸੰਗਤਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਹੁਣ ਅਸੀਂ ਇੱਕ ਪਾਸੇ ਮੰਗ ਕਰ ਰਹੇ ਹਾਂ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿਓ ਜਿਹੜੀ ਗੁਰੂ ਕੀ ਨਗਰੀ ਹੋਵੇ ਉੱਥੇ ਤਮਾਕੂ ਵਰਗੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਲੋਕਾਂ ਨੇ ਉਹੀ ਨਸ਼ੇ ਦੀ ਵਰਤੋਂ ਕਰਕੇ ਇਹ ਨਾਰੇ ਲਾਏ ਊੜਾ ਐੜਾ ਨਹੀਂ ਪੜेंगे ਜੂੜੀ ਜੂੜਾ ਕਾਟ ਧਰेंगे ਸਿਗਰਟ ਬੀੜੀ ਪੀئیںਗੇ ਸ਼ਾਨ ਸੇ ਜੀئیںਗੇ ਨੱਕ ਤੇ ਮੱਖੀ ਬਹਿਣ ਨਹੀਂ ਦੇਣੀ ਸਿਰ ਤੇ ਪਗੜੀ ਰਹਿਣ ਨਹੀਂ ਦੇਣੀ ਕੱਚ ਕੜਾ ਕਿਰਪਾਨ ਇਹਨਾਂ ਨੂੰ ਭੇਜੋ ਪਾਕਿਸਤਾਨ ਤੁਸੀਂ ਹੁਣ ਮੈਂ ਵਾਰ ਫਿਰ ਉੱਥੇ ਗੱਲ ਲੈ ਕੇ ਆਉਂਗਾ ਕਿ ਇਹ ਕੁਝ ਗੱਲਾਂ ਲੋਕਤੰਤਰ ਵਿੱਚ ਜਾਇਜ਼ ਨੇ ਅਸੀਂ ਮੰਗਾ ਮੰਗਦੇ ਹਾਂ ਸਾਡੇ ਤੇ ਹਮਲਾ ਹੋ ਜਾਂਦਾ ਏ ਇਹ ਕੁਝ ਇਹੋ ਜਿਹੇ ਨਾਰੇ ਲਾ ਕੇ ਸਾਨੂੰ ਜਲੀਲ ਵੀ ਕਰਨ ਤੇ ਤੁਸੀਂ ਕਹਿੰਦੇ ਵੀ ਸਿੱਖਾਂ ਨੇ ਲੋਕਤੰਤਰ ਚ ਸ਼ਸਤਰ ਕਿਉਂ ਚੁੱਕੇ ਤੋਂ ਅਸੀਂ ਇਹੋ ਜੀਆਂ ਮੰਗਾ ਮੰਗੀਆਂ ਵੀ ਪਵਿੱਤਰ ਸ਼ਹਿਰ ਦਾ ਦਰਜਾ ਦਿਓ ਪਾਣੀਆਂ ਦੀ ਗੱਲ ਕੀਤੀ ਕਿਉਂਕਿ ਇਹ ਕਾਨੂੰਨ ਹੈ ਦੁਨੀਆ ਦਾ ਕਿ ਜੇ ਇਸ ਇਲਾਕੇ ਦੇ ਵਿੱਚ ਦਰਿਆ ਲੰਘਦੇ ਹੋਣ ਨਾ ਜੀ ਉੱਥੇ 70% ਪਾਣੀ ਦਾ ਹੱਕ ਉਸ ਇਲਾਕੇ ਦਾ ਹੁੰਦਾ ਹੈ ਪਰ ਉਹ ਵੀ ਸਾਨੂੰ ਹੱਕ ਨਹੀਂ ਦਿੱਤਾ ਗਿਆ ਚਲੋ ਇਹ ਤਾਂ ਸੰਤਾਾਂ ਦੀ ਦੇਣ ਹੈ ਕਿ ਜਿਹੜੀਆਂ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਉਸ ਵਕਤ ਸੰਤਾਾਂ ਨੇ ਤਾਂ ਉਹ ਨਾਕਾਮ ਕਰਤੀਆਂ ਜਿਹੜੀਆਂ ਇਹਨਾਂ ਨੇ ਨਹਿਰ ਪੱਕੀ ਕਰਨ ਦਾ ਯਤਨ ਕੀਤਾ ਸੰਤਾਾਂ ਨੇ ਉਹ ਤਾਂ ਨਾਕਾਮ ਕਰਤੀਆਂ ਪਰ ਇਹ ਮੰਗ ਵੀ ਸਾਡੀ ਮੰਗੀ ਨਹੀਂ ਗਈ ਜਿਹੜੀ ਅਸੀਂ ਬਿਲਕੁਲ ਜਾਇਜ਼ ਮੰਗ ਰਹੇ ਹਾਂ ਫਸਲਾਂ ਦੀ ਗੱਲ ਆਉਂਦੀ ਹੈ ਰੇਟ ਅਸੀਂ ਤੈਅ ਕਰਨੇ ਨੇ ਤੋਂ ਇਹੋ ਜੀਆ ਮੰਗਾ ਜਿਹੜੀਆਂ ਅਸੀਂ ਰੱਖੀਆਂ ਤੇ ਇਹ ਮੰਗ ਮੰਨ ਲੈਂਦੇ ਨਾ ਜੀ ਤੇ ਬਹੁਤ ਹੀ ਵੱਡੀ ਗੱਲ ਨਹੀਂ ਸੀ ਜਿਹੜੀ ਜਿਹੜੀ ਕਾਮ ਨੇ ਤੁਸੀਂ ਦੇਖੋ ਇੰਨੀਆਂ ਸ਼ਹਾਦਤਾਂ ਦਿੱਤੀਆਂ ਹੋਣ 80% ਤੋਂ ਵੱਧ ਸ਼ਹਾਦਤਾਂ ਹੋਣ ਤੇ ਜੇ ਉਹ ਕੁਝ ਮੰਗਾ ਮੰਗ ਵੀ ਲੈਂਦੇ ਨੇ ਤੇ ਇਹਨਾਂ ਨੂੰ ਕੀ ਹਰਜ ਸੀ ਇਹ ਕੁਝ ਮੰਗਣ ਦੇ ਵਿੱਚ ਜੀਵੰਦਰ ਵਾਰਸਾਹਬ ਤੇ ਹਮਲਾ ਹੁੰਦਾ ਉਹਦੇ ਵਿੱਚ ਕਈ ਸਿੰਘ ਮਾਰੇ ਜਾਂਦੇ ਨੇ ਕਿ ਸ਼ਸ਼ਰਧਾਲੂ ਗਏ ਹੋਏ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦੀ ਦੇੜੇ ਨੂੰ ਸੰਬੰਧਤ ਉਹ ਵੀ ਵਿੱਚ ਰਹੇ ਜਾਂਦੇ ਨੇ ਉਹ ਵੀ ਮਾਰੇ ਜਾਂਦੇ ਨੇ ਬਹੁਤ ਨੁਕਸਾਨ ਹੁੰਦਾ ਸਿੱਖ ਕੌਮ ਦਾ ਜੇਕਰ ਗਾਇਕੀ ਇਹ ਤੇ ਲੱਕ ਟੁੱਟ ਜਾਂਦਾ ਉਤੋਂ ਕਹਿੰਦੇ ਨੇ ਕਿ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਸੰਤ ਜਰਨੈਲ ਸਿੰਘ ਤੇ ਕੋਈ ਵੀ ਐਫਆਈਆਰ ਦਰਜ ਨਹੀਂ ਸੀ ਮੈਂ ਇੱਕ ਪਿੱਛੇ ਜਾ ਇੰਟਰਵਿਊ ਸੁਣ ਰਿਹਾ ਸੀਗਾ ਉਹਨਾਂ ਦੇ ਵਿੱਚ ਇੱਕ ਸ਼ਿਵਸ਼ੈਨ ਆਗੂ ਆ ਸ਼ਾਇਦ ਮੈਂ ਭੁੱਲਦਾ ਨਾਵਾ ਤੇ ਉਹ ਕਹਿ ਰਿਹਾ ਸੀਗਾ ਕਿ ਜੇ ਪੱਤਰਕਾਰ ਨੇ ਸਵਾਲ ਕੀਤਾ ਕਿ ਸੰਤਾਂ ਨੂੰ ਤੁਸੀਂ ਅੱਤਵਾਦੀ ਕਿਉਂ ਕਹਿੰਦੇ ਨੇ ਉਹਦੇ ਤੇ ਕੋਈ ਐਫਆਈਆਰ ਦਰਜ ਨਹੀਂ ਸੀ ਉਹ ਗੋ ਜ ਤੇ ਸਰਕਾਰ ਨੇ ਹਮਲਾ ਕਿਉਂ ਕਰਤਾ ਦੇਖੋ ਜੀ ਇਹਦਾ ਜਵਾਬ ਤਾਂ ਸਰਕਾਰ ਦੇਵੇ ਨਾ ਜੇ ਐਫ ਆਰ ਆਈ ਦਰਜ ਨਹੀਂ ਸੀ ਤੇ ਸਰਕਾਰ ਨੇ ਹਮਲਾ ਕਿਉਂ ਕੀਤਾ ਇਹ ਇਹ ਜਵਾਬ ਤਾਂ ਅਸੀਂ ਮੰਗਦੇ ਪਏ ਆ ਨਾ ਤੁਹਾਡੇ ਰਿਕਾਰਡ ਦੇ ਵਿੱਚ ਕੋਈ ਕੇਸ ਨਹੀਂ ਤੁਹਾਡੇ ਰਿਕਾਰਡ ਦੇ ਵਿੱਚ ਕੋਈ ਐਫ ਆਈ ਆਰ ਦਰਜ ਨਹੀਂ ਕੋਈ ਐਸਾ ਰਿਕਾਰਡ ਨਹੀਂ ਜਿਹਦੇ ਵਿੱਚ ਸੰਤਾ ਨੂੰ ਦੋਸ਼ੀ ਸਾਬਤ ਕਰ ਸਕੋ ਜੇ ਰਿਕਾਰਡ ਨਹੀਂ ਹੈ ਇਹ ਜਵਾਬ ਤਾਂ ਅੱਜ ਤੱਕ ਅਸੀਂ ਮੰਗ ਰਹੇ ਆ ਵੀ ਤੁਸੀਂ ਹਮਲਾ ਕਿਉਂ ਕੀਤਾ ਨਾਲ ਮੈਂ ਇੱਕ ਵੀ ਬੇਨਤੀ ਜ਼ਰੂਰ ਕਰ ਦੇਣੀ ਚਾਹੁੰਦਾ ਹੈ ਅਸਲ ਦੇ ਵਿੱਚ ਇਹ ਤਾਂ ਸਭ ਕੁਝ ਬਹਾਨੇ ਸੀ ਅਸੀਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਵੀ ਮਨਾ ਰਹੇ ਹਾਂ ਜੀ ਤੁਸੀਂ ਦੇਖੋ ਗੁਰੂ ਅਰਜਨ ਉਸ ਵਕਤ ਨਾ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਕਾਰਨ ਉਦੋਂ ਵੀ ਕੁਝ ਇਹੀ ਸੀ ਵੀ ਕਾਰਨ ਕੁਝ ਵੀ ਨਹੀਂ ਸੀ ਬਣਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਖੁਸਰੋ ਨੂੰ ਗੁਰੂ ਸਾਹਿਬ ਨੇ ਕੋਈ ਉਹਦੀ ਮਦਦ ਨਿਕਨੇ ਕੀਤੀ ਸੀ ਨਾ ਹੀ ਭਗਤ ਕਾਨੇ ਨੂੰ ਮਾਰਿਆ ਸੀ ਚਲੋ ਜਦੋਂ ਕਿਤੇ ਇਹਦੀ ਵਿਚਾਰ ਹੋਈ ਡਿਟੇਲ ਵਿੱਚ ਸਮਝਾਂਗੇ ਵੀ ਕਿਉਂ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਜਿਹੜੇ ਇਲਜ਼ਾਮ ਗੁਰੂ ਅਰਜਨ ਸਾਹਿਬ ਤੇ ਲਾਏ ਸੀ ਉਹ ਵੀ ਬੇਬੁਨਿਆਦ ਸੀ ਪਰ ਇਹੋ ਜੇ ਕਾਰਨ ਬਣਾ ਕੇ ਵਕਤ ਦੀਆਂ ਸਰਕਾਰਾਂ ਉਹਨਾਂ ਗੁਰੂ ਸਾਹਿਬਾਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਸਮਾ ਲੰਗਨ ਤੇ ਸਿੰਘਾਂ ਨੂੰ ਵੀ ਸ਼ਹੀਦ ਕੀਤਾ ਗਿਆ ਸਿੱਖਾਂ ਨੂੰ ਵੀ ਸ਼ਹੀਦ ਕੀਤਾ ਗਿਆ ਬਾਬਾ ਜਰਨੈਲ ਸਿੰਘ ਦੇ ਸਮੇਂ ਵੀ ਕੁਝ ਇਹੋ ਜਿਹਾ ਹੀ ਕੁਝ ਹੋਇਆ ਇਹੋ ਜੇ ਟੰਗ ਤਰੀਕਿਆਂ ਦੇ ਨਾਲ ਹਮਲਾ ਕੀਤਾ ਗਿਆ ਮੈਂ ਇੱਥੇ ਕੁਝ ਕੁ ਬੇਨਤੀਆਂ ਕਰਨੀਆਂ ਚਾਹੁੰਦਾ ਹੈ ਦੇਖੋ ਇਹ ਪਲੈਨਿੰਗ ਤਾਂ ਸਰਕਾਰ ਨੇ ਆਲਰੇਡੀ ਕਰ ਲਈ ਸੀ ਵੀ ਅਸੀਂ ਦਰਬਾਰ ਸਾਹਿਬ ਤੇ ਹਮਲਾ ਕਰਨਾ ਹੈ ਕਿਉਂਕਿ ਜੇ ਸੰਤਾ ਨੂੰ ਪਕੜਨ ਦੀ ਗੱਲ ਸੀ ਨਾ ਪੂਰੀ ਦੁਨੀਆ ਜਾਣਦੀ ਆ ਕਿ ਮਹਿਤਾ ਚੌਂਕ ਤੋਂ ਸੰਤਾ ਨੇ ਪਹਿਲਾਂ ਆਲਰੇਡੀ ਇੱਕ ਵਾਰੀ ਗ੍ਰਿਫਤਾਰੀ ਦੇ ਦਿੱਤੀ ਸੀ ਤੇ ਉਹਨਾਂ ਨੇ ਬਰੀ ਕਰਤਾ ਅਦਾਲਤ ਨੇ ਛੱਡਤਾ ਜੇ ਹੁਣ ਸੰਤਾ ਨੂੰ ਹੀ ਪਕੜਨਾ ਸੀ ਤੇ ਪਕੜ ਤਾਂ ਲਿਆ ਸੀ ਫਿਰ ਫਿਰ ਉਹਦੇ ਛੱਡ ਕਿਉਂ ਦਿੱਤਾ ਜੇ ਕਹਿੰਦੇ ਵੀ ਸੰਤਾਂ ਨੂੰ ਪਕੜਨ ਲਈ ਹਮਲਾ ਕੀਤਾ ਸੰਤਾਂ ਨੂੰ ਆਲਰੇਡੀ ਪਕੜ ਲਿਆ ਸੀ ਅਸਲ ਦੇ ਵਿੱਚ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਸੀ ਦੂਸਰੀ ਗੱਲ ਜੇ ਮੰਨ ਲਓ ਹਮਲਾ ਕਰਨਾ ਸੀ ਕਹਿੰਦੇ ਵੀ ਸੰਤਾਂ ਨੂੰ ਹੀ ਪਕੜਨਾ ਸੀ ਫਿਰ ਬਾਕੀ 36 ਗੁਰਦੁਆਰਿਆਂ ਤੇ ਉਹ ਕਿਉਂ ਹਮਲਾ ਕੀਤਾ ਪੂਰੇ ਪੰਜਾਬ ਦੇ ਬਾਕੀ 36 ਗੁਰਦੁਆਰਿਆਂ ਤੇ ਇਹਨਾਂ ਨੇ ਹਮਲਾ ਕੀਤਾ ਉੱਥੇ ਤਾਂ ਕੋਈ ਸੰਤ ਨਹੀਂ ਸੀ ਰਹਿੰਦੇ ਫਿਰ ਉੱਥੇ ਹਮਲਾ ਕਿਉਂ ਕੀਤਾ ਤੀਸਰੀ ਗੱਲ ਇਹਨਾਂ ਨੇ ਉਹੀ ਦਿਨ ਕਿਉਂ ਚੁਣਿਆ ਜਦੋਂ ਸਾਰੀ ਕੌਮ ਇਕੱਠੀ ਹੋਈ ਦੋ ਦਿਨ ਪਹਿਲਾਂ ਵੀ ਕਰ ਸਕਦੇ ਸੀ ਦੋ ਦਿਨ ਬਾਅਦ ਚ ਵੀ ਕਰ ਸਕਦੇ ਸੀ ਦਿਨ ਉਹੀ ਕਿਉਂ ਚੁਣਿਆ ਜਦੋਂ ਸਾਰੀ ਕੌਮ ਇਕੱਠੀ ਸੀ ਮਤਲਬ ਉਹਨਾਂ ਦੇ ਮਕਸਦ ਸਾਫ਼ ਜ਼ਾਹਰ ਹੁੰਦੇ ਨੇ ਵੀ ਉਹ ਪੂਰੀ ਕੌਮ ਨੂੰ ਖਤਮ ਕਰਨਾ ਚਾਹੁੰਦੇ ਨੇ ਜਿਵੇਂ ਜਕਰੀਏ ਕਰਦੇ ਰਹੇ ਕਿ ਜਦੋਂ ਸਿੱਖਾਂ ਦਾ ਇਕੱਠ ਹੁੰਦਾ ਸੀ ਉਦੋਂ ਉਹ ਮਲਾ ਕਰ ਦਿੰਦੇ ਸੀ ਵੀ ਤਾਂ ਕਿ ਇੱਕੋ ਵਾਰ ਚ ਕੌਮ ਦੀ ਕੌਮ ਖਤਮ ਕਰ ਦਿਓ ਇਸੇ ਕਰਕੇ ਇਹਨੂੰ ਤੀਜਾ ਕੱਲੂਕਾਰਾ ਕਹਿੰਨੇ ਆ ਕੱਲੂਕਾਰੇ ਦਾ ਮਤਲਬ ਹੁੰਦਾ ਵੀ ਕਿਸੇ ਕੌਮ ਦਾ ਸਰਬਨਾਸ਼ ਕਰ ਦੇਣਾ ਤੇ ਇਹਨਾਂ ਲੋਕਾਂ ਨੇ ਇਸ ਤਰ੍ਹਾਂ ਕੀਤਾ ਕੋਈ ਕੇਸ ਨਹੀਂ ਕੋਈ ਐਫਆਰ ਨਹੀਂ ਅਸਲ ਦੇ ਵਿੱਚ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨਾ ਸੀ ਔਰ ਇੱਕ ਇਹ ਵੀ ਸਾਡੇ ਇਤਿਹਾਸਕ ਪੰਨਿਆਂ ਦੇ ਵਿੱਚ ਮਿਲਦਾ ਹੈ ਤੇ ਕੀ ਚਕਰਾਤੇ ਦੀ ਧਰਤੀ ਤੇ ਹਰਦਵਾਰ ਦੇ ਨੇੜੇ ਇਹ ਇਲਾਕਾ ਹੈ ਕਈ ਮਹੀਨੇ ਪਹਿਲਾਂ ਹੀ ਉੱਥੇ ਪਲੈਨਿੰਗ ਹੋ ਗਈ ਸੀ ਦਰਬਾਰ ਸਾਹਿਬ ਦਾ ਨਕਸ਼ਾ ਬਣਾ ਕੇ ਟ੍ਰੇਨਿੰਗ ਹੋ ਰਹੀ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਜੇ ਸੰਤਾਨ ਤੇ ਹਮਲਾ ਕੀਤਾ ਸੰਤਾਂ ਨੂੰ ਹੀ ਪકડਨਾ ਸੀ ਫਿਰ ਪਲੈਨਿੰਗ ਪਹਿਲਾਂ ਕਿਉਂ ਲੱਗ ਗਈ ਤੋ ਇਹ ਗੱਲਾਂ ਸਾਫ਼ ਜ਼ਾਹਰ ਕਰਦੀਆਂ ਨੇ ਇਹ ਨੀਤੀ ਆਲਰੇਡੀ ਇਹਨਾਂ ਵੱਲੋਂ ਬਣਾਈ ਗਈ ਸੀ ਤੇ ਇਹਨਾਂ ਨੇ ਅਸਲ ਦੇ ਵਿੱਚ ਸਾਡੀ ਕੌਮ ਦਾ ਸਰਬਨਾਸ਼ ਕਰਨਾ ਸੀ ਜਿਵੇਂ 1984 ਦੇ ਵਿੱਚ ਜਿਹੜਾ ਇਹਨਾਂ ਘੱਲੋਘਾਰਾ ਕੀਤਾ ਦਰਬਾਰ ਸਾਹਿਬ ਤੇ ਹਮਲਾ ਕਰਨਾ ਆਕਾਲ ਤਖਤ ਨੂੰ ਢਾਹ ਦੇਣਾ ਉਸ ਤੋਂ ਬਾਅਦ ਇਹਨਾਂ ਨੇ ਐਦਾਂ ਜਸ਼ਨ ਮਨਾਏ ਕਿ ਜਿਵੇਂ ਕੋਈ ਗੁਮਾਂਡੀ ਦੇਸ਼ ਜਿਹੜਾ ਸੀ ਸਾਡੇ ਤੋਂ ਕਬਜ਼ੇ ਤੋਂ ਬਾਹਰ ਸੀ ਉਹਨੂੰ ਲੁੱਟ ਲਿਆ ਹੋਵੇ ਜਾਂ ਉਹਨੂੰ ਆਪਦੇ ਵਾਸਤੇ ਕਰ ਲਿਆ ਹੋਵੇ ਬਾਅਦ ਦੇ ਵਿੱਚ ਇਹਨਾਂ ਜਸ਼ਨ ਮਨਾਏ ਤੇ ਜਦੋਂ ਆਪਣੀ ਗੱਲ ਆਉਂਦੀ ਸਿੱਖ ਕੌਮ ਦੀ ਗੱਲ ਕਰਦੇ ਜਦੋਂ ਆਪਾਂ ਵੀ ਬਖਸਰ ਗੱਲ ਕਰਦੇ ਆਪਾਂ ਕਿੰਨੇ ਦੇ ਵਿੱਚ ਵੀ ਸੰਤਾਂ ਦੀ ਪ੍ਰਾਪਤੀ ਹੋਈ ਹੈ ਦੇਖੋ ਬਿਲਕੁਲ ਮੈਂ ਆਪਕੈਨਾਂ ਵੀ ਸੰਤਾਂ ਦੀ ਜਿੱਤ ਹੋਈ ਆ ਭਾਵੇਂ ਦੁਨੀਆ ਨਜ਼ਰ ਦੁਨੀਆਵੀ ਨਜ਼ਰ ਦੇ ਵਿੱਚ ਦੇਖਿਆ ਨਾ ਹਿੰਦੁਸਤਾਨੀ ਨਜ਼ਰ ਦੇ ਵਿੱਚ ਦੇਖੀਏ ਤਾਂ ਉਹ ਕਹਿੰਦੇ ਆ ਵੀ ਜਿੱਤ ਹਿੰਦੁਸਤਾਨ ਦੀ ਹੋਈ ਜਤਿੰਦਰਾ ਗਾਂਧੀ ਦੀ ਹੋਈ ਜਿੱਤ ਸਰਕਾਰ ਦੀ ਹੋਈ ਪਰ ਮੈਂ ਕੁਝ ਤੱਤ ਰੱਖ ਕੇ ਇਹ ਸਿੱਧ ਕਰਨਾ ਚਾਹੁੰਦਾ ਜਿੱਤ ਸੰਤਾਂ ਦੀ ਹੋਈ ਜਿੱਤ ਸਿੱਖ ਕੌਮ ਦੀ ਹੋਈ ਕਿਉਂਕਿ ਕੋਈ ਵੀ ਜੰਗ ਦੀ ਜਿੱਤ ਪਤਾ ਕਿਹਦੇ ਤੇ ਨਿਰਧਾਰਤ ਹੁੰਦੀ ਆ ਜਿਹੜੀ ਚੀਜ਼ ਕਰਕੇ ਉਹ ਜੰਗ ਹੋਈ ਹੋਵੇ ਜਿਹੜੀ ਸ਼ਰਤ ਦੇ ਨਾਲ ਉਹ ਜੰਗ ਹੋਈ ਹੋਵੇ ਨਾ ਜੇ ਕੋਈ ਹਮਲਾ ਕਰਨ ਵਾਲਾ ਉਸ ਚੀਜ਼ ਨੂੰ ਪੂਰੀਆਂ ਕਰ ਲਵੇ ਹਾਸਲ ਕਰ ਲਵੇ ਫਿਰ ਤਾਂ ਉਹ ਕਵੇ ਵੀ ਅਸੀਂ ਜਿੱਤ ਗਿਆ ਪਰ ਜਿਹੜਾ ਮਕਸਦ ਲੈ ਕੇ ਉਹਨੇ ਹਮਲਾ ਕੀਤਾ ਉਹ ਮਕਸਦ ਹੀ ਨਹੀਂ ਪੂਰਾ ਹੋਇਆ ਤੇ ਫਿਰ ਉਹ ਕਿਵੇਂ ਕਹਿ ਸਕਦੇ ਵੀ ਸਾਡੀ ਜਿੱਤ ਹੋਈ ਆ ਮੈਂ ਥੋੜਾ ਜਿਹਾ ਤਤ ਰੱਖਾ ਕੁਲਦੀਪ ਸਿੰਘ ਬਰਾੜ ਨੇ ਖੁਦ ਆਪਣੇ ਆਪਣੀ ਰਾਈਟਿੰਗ ਦੇ ਵਿੱਚ ਉਹਨੇ ਪੁਸਤਕ ਲਿਖੀ ਉਹਨੇ ਖੁਦ ਇਹ ਕਿਹਾ ਹੈ ਕਿ ਅਸੀਂ ਇਹ ਸਮਝਦੇ ਸੀ ਵੀ ਅਸੀਂ ਸੰਤਾ ਨੂੰ 3 ਤੋਂ 6 ਘੰਟਿਆਂ ਦੇ ਵਿੱਚ ਪਕੜ ਲਵਾਂਗੇ ਔਰ ਉਹਨੇ ਇੰਦਰਾ ਗਾਂਧੀ ਨੂੰ ਵੀ ਇਹ ਗੱਲ ਕਹੀ ਸੀ ਵੀ ਤਿੰਨ ਤੋਂ 6 ਘੰਟਿਆਂ ਦੇ ਵਿੱਚ ਮੈਂ ਸੰਤਾਂ ਨੂੰ ਪਕੜ ਲਵਾਵਾਂਗਾ ਦਰਬਾਰ ਸਾਹਿਬ ਦਾ ਸਫਾਇਆ ਕਰ ਦਵਾਂਗਾ ਪਰ ਤੁਸੀਂ ਦੇਖੋ 1 ਜੂਨ ਨੂੰ ਪਹਿਲੀ ਗੋਲੀ ਚੱਲੀ ਆ ਸਹੀ ਹਮਲਾ ਚਲੋ ਆਪਾਂ ਕਹਿ ਦਿੰਨੇ ਆ ਵੀ 3-4 ਜੂਨ ਨੂੰ ਹੋਇਆ ਪਹਿਲੀ ਗੋਲੀ 1 ਜੂਨ ਨੂੰ ਚੱਲੀ ਆ ਤੇ 6 ਜੂਨ ਤੱਕ ਉਹ ਸੰਤਾਂ ਨੂੰ ਜਿੰਦਾ ਨਹੀਂ ਪਕੜ ਸਕੇ ਜਿਹੜੇ ਕਹਿੰਨੇ ਸੀ ਜਿੱਤ ਗਏ ਆ ਤੇ ਜਿਹੜੇ ਇਹ ਗੱਲ ਦਾ ਦਾਵਾ ਕਰਦੇ ਸੀ ਵੀ ਤਿੰਨ ਕੁ ਘੰਟਿਆਂ 'ਚ ਸੰਤਾਂ ਨੂੰ ਪਕੜ ਲਵਾਂਗੇ 6 ਜੂਨ ਤੱਕ 6 ਦਿਨ ਇੰਨੇ ਵੱਡੇ ਵੱਡੇ ਹਥਿਆਰਾਂ ਤੇ ਟੈਂਕਾਂ ਦੇ ਨਾਲ ਹਮਲਾ ਕਰਕੇ ਵੀ ਸੰਤਾਂ ਨੂੰ ਜਿੰਦਾ ਨਹੀਂ ਪਕੜ ਸਕੇ ਤਾਂ ਹੀ ਸੰਤਾਂ ਨੇ ਪਹਿਲਾਂ ਬਿਆਨ ਵੀ ਦਿੱਤਾ ਸੀ ਨਾ ਇਹ ਸਰੀਰ ਮਿੱਟੀ ਹੋ ਗਿਆ ਉਹਦੇ ਨਾਲ ਮੇਰਾ ਕੋਈ ਸਬੰਧ ਨਹੀਂ ਪਰ ਜਦੋਂ ਤੱਕ ਸਰੀਰ ਦੇ ਵਿੱਚ ਸਵਾਸ ਹੈ ਭਾਵੇਂ ਲੱਖਾਂ ਬੰਦੇ ਤੁਸੀਂ ਆਜੋ ਮੈਨੂੰ ਜਿਉਂਦੇ ਨਹੀਂ ਪਕੜ ਸਕਦੇ ਤੇ ਉਸ ਸੂਰਬੀਰ ਬਚਨ ਕੇ ਬਲੀ ਦੇ ਬੋਲ ਸੱਚ ਹੋਏ ਇਹ ਜਿੰਦਾ ਨਹੀਂ ਪਕੜ ਸਕੇ ਤੁਸੀਂ ਦੇਖੋ ਮੈਂ ਕੁਝ ਹੋਰ ਤੱਤ ਸਾਹਮਣੇ ਰੱਖਣਾ ਚਾਹੁੰਦਾ ਹੈ ਕੇ ਪੀਐਸ ਗਿੱਲ 5 ਜੂਨ ਤੱਕ ਹੱਥ ਖੜੇ ਕਰ ਚੁੱਕਾ ਸੀ ਕਿਉਂਕਿ ਜਦੋਂ ਇਹਨੇ ਪਹਿਲੇ ਦਿਨ ਮਲਾ ਕੀਤਾ ਪਹਿਲੇ ਦਿਨ ਤਾਂ ਇਹਨਾਂ ਨੂੰ ਇਹ ਹੀ ਨਹੀਂ ਸਮਝ ਲੱਗ ਰਹੀ ਸੀ ਵੀ ਗੋਲੀਆਂ ਆ ਕਿੱਥੋਂ ਰਹੀਆਂ ਨੇ ਫਿਰ ਇਹਨਾਂ ਨੇ ਹੈਲੀਕਾਪਟਰ ਤੋਂ ਕਮਾਂਡੋ ਦਾ ਹਮਲਾ ਹੋਇਆ ਉਹਨਾਂ ਦੇ ਪੈਰ ਨਹੀਂ ਸਿੰਘਾਂ ਨੇ ਲੱਗਣ ਦਿੱਤੇ ਤੇ ਇਹ ਯਾਦ ਰਹੇ ਲੱਖਾਂ ਦੀ ਫੌਜ ਚੜ੍ਹ ਕੇ ਆਈ ਆ ਜਿੰਨੂੰ ਅੱਜ ਅਸੀਂ ਆਪਾਂ ਦੁਨੀਆ ਦੇ ਤੀਜੇ ਜਾਂ ਚੌਥੇ ਨੰਬਰ ਦੇ ਤਾਕਤਵਰ ਫੌਜ ਕਹਿੰਨੇ ਆ ਦੁਨੀਆ ਦੇ ਸਭ ਤੋਂ ਤਾਕਤਵਰ ਫੌਜਾਂ ਚੋਂ ਗਿਨਣ ਵਾਲੀ ਫੌਜ ਲੱਖਾਂ ਦੀ ਤਦਾਦ ਵਿੱਚ ਚੜ੍ਹ ਕੇ ਆਈ ਹੋਵੇ ਤੇ ਅੰਦਰ ਸਿੰਘ ਸੀਮਤ ਹਥਿਆਰਾਂ ਤੇ ਸੀਮਤ ਸਿੰਘਾ ਦੇ ਨਾਲ ਕੋਈ ਜੁੱਧ ਕਰ ਰਿਹਾ ਹੋਵੇ ਐਨੇ ਦਿਨ ਉਹਨੂੰ ਕੋਈ ਪਕੜ ਨਾ ਸਕਿਆ ਹੋਵੇ ਪਹਿਲੇ ਦਿਨ ਉਹਨਾਂ ਨੂੰ ਇਹ ਨਾ ਸਮਝ ਲੱਗ ਰਹੀ ਹੋਵੇ ਵੀ ਗੋਲੀਆਂ ਕਿੱਥੋਂ ਆ ਰਹੀਆਂ ਨੇ ਜਿਨ੍ਹਾਂ ਦੇ ਕਮਾਂਡੋ ਦੇ ਪੈਰ ਨਾ ਲੱਗ ਸਕੇ ਹੋਣ ਤੇ ਜਿਨ੍ਹਾਂ ਨੂੰ ਆਖਰ ਉਹ ਗੈਸ ਦੀ ਵਰਤੋਂ ਕਰਨੀ ਪਈ ਹੋਵੇ ਜਿਹੜੀ ਗੈਸ ਨੂੰ ਬੈਨ ਕੀਤਾ ਗਿਆ ਹੋਵੇ ਤੇ 5 ਜੂਨ ਨੂੰ ਇਹ ਕੇਪੀਐਸ ਗਿਲ ਹੱਥ ਖੜੇ ਕਰ ਚੁੱਕਾ ਸੀ ਤੇ ਇਹਨੇ ਇਜਾਜ਼ਤ ਮੰਗੀ ਸੀ ਕਿ ਮੈਨੂੰ ਟੈਂਕ ਚਾੜਨ ਦੀ ਇਜਾਜ਼ਤ ਦਿਓ ਹੁਣ ਤੁਸੀਂ ਦੇਖੋ ਇਹ ਸ਼ਸਤਰ ਉਹ ਨੇ ਜਿਹੜੇ ਦੂਸਰੇ ਦੇਸ਼ਾਂ ਨਾਲ ਜੁੱਧ ਕਰਦਿਆਂ ਵਰਤਦੇ ਨੇ ਤੇ ਆਪਣੇ ਹੀ ਕਿਸੇ ਦੇਸ਼ ਦੇ ਇਲਾਕੇ ਦੇ ਵਿੱਚ ਹਮਲਾ ਕੀਤਾ ਤੇ ਉਹ ਸਾਰੇ ਹਥਿਆਰ ਵਰਤੇ ਪਰ ਫਿਰ ਵੀ ਸੰਤਾ ਨੂੰ ਜਿੰਦਾ ਨਹੀਂ ਪਕੜ ਸਕੇ ਤੇ 6 ਦਿਨ ਲੱਗ ਗਏ ਹੁਣ ਕਿਉਂਕਿ ਮੈਂ ਗੱਲ ਇੱਕ ਤੋਂ ਹੀ ਮੰਨੂਗਾ ਇੱਕ ਤੋਂ ਪਹਿਲੀ ਗੋਲੀ ਚੱਲੀ ਭਾਵੇਂ ਉਹ ਗੋਲੀ ਸਿਰਫ ਪਰਖਣ ਲਈ ਸੀ ਵੀ ਇੱਥੇ ਕਿੰਨੇ ਕੁ ਮੋਰਚੇ ਨੇ 6 ਦਿਨ ਲੱਗ ਗਏ ਹੁਣ ਪਰ ਫਿਰ ਵੀ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਸਕੇ ਆਪ ਫੈਸਲਾ ਕਰ ਲਓ ਜਿੱਤ ਕੀ ਦੀ ਸੀ ਜੀ ਬਿਲਕੁਲ ਉਹ ਤੋਂ ਜਿਹੜਾ ਰਸਤ ਪਾਣੀ ਸੀ ਉਹ ਵੀ ਬੰਦ ਸੀਗਾ ਜਿਹੜਾ ਕੋਈ ਅਸਲਾ ਆਉਣਾ ਸੀ ਉਹ ਵੀ ਬੰਦ ਸੀਗਾ ਪਰ ਇੱਕ ਸਵਾਲ ਇੱਥੇ ਲਾਸਟ ਤੁਹਾਨੂੰ ਇਹ ਵੀ ਕਰਦੇ ਆ ਕਿ ਜਦੋਂ ਅਕਸਰ ਗੱਲ ਹੁੰਦੀ ਆ ਜਦੋਂ ਕਿਸੇ ਦਾ ਜੁੱਧ ਹੁੰਦਾ ਦੋ ਤਰ੍ਹਾਂ ਦਾ ਆਪਚ ਜੁੱਧ ਹੁੰਦਾ ਕਿਸੇ ਦਾ ਵੀ ਨੁਕਸਾਨ ਹੋਣਾ ਉਹ ਸੀਮਤ ਹੁੰਦਾ ਹੈ ਜਾਇਜ਼ ਹੁੰਦਾ ਪਰ ਅਕਸਰ ਆਪਾਂ ਜਦੋਂ ਗੱਲ ਆਉਂਦੀ ਸਿੱਖ ਧਰਮ ਦੀ ਆਪਾਂ ਨੂੰ ਐ ਕਿਉਂ ਲੱਗਦਾ ਵੀ ਆਪਣਾ ਬਹੁਤ ਨੁਕਸਾਨ ਹੋ ਗਿਆ ਦੇਖੋ ਨੁਕਸਾਨ ਹੋਇਆ ਤਾਂ ਮੈਂ ਤਾਂ ਇਹ ਵੀ ਕਹਿਣਾ ਵੀ ਸਾਡੇ ਤੇ ੱੱਕਾ ਵੀ ਹੋਇਆ ਪਹਿਲਾਂ ਪੈਂ ਸਿੰਗਾ ਦਾ ਪੱਖ ਰੱਖਾਂ ਜਿਹੜੇ ਇਹ ਲੋਕ ਕਹਿੰਦੇ ਨਾ ਵੀ ਅਸੀਂ ਧੱਕਾ ਕੀਤਾ ਅਸੀਂ ਦੇਖੋ ਧੱਕਾ ਨਹੀਂ ਕੀਤਾ ਅਸੀਂ ਸਿਰਫ ਜਵਾਬ ਦਿੱਤਾ ਹੈ ਜਿਹੜੇ ਡੈਮੋਕ੍ਰੇਸੀ ਦੀਆਂ ਗੱਲਾਂ ਕਰਦੇ ਆ ਨਾ 47 ਤੋਂ ਲੈ ਕੇ 84 ਤੱਕ ਅਸੀਂ ਡੈਮੋਕ੍ਰੇਸੀ ਦੀ ਮਦਦ ਦੇ ਨਾਲ ਹੀ ਆਪਣੀਆਂ ਮੰਗਾਂ ਮੰਗਦੇ ਰਹੇ ਆ ਅਸੀਂ ਉਦੋਂ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਸ਼ਾਂਤਮਈ ਜਲੂਸ ਕੱਢਨੇ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਆ ਅਸੀਂ ਡੈਮੋਕ੍ਰੇਸੀ ਦੇ ਹਰ ਪੱਖ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਜਦੋਂ ਡੈਮੋਕਰੇਸੀ ਦੇ ਮੁਤਾਬਕ ਸਾਡੀ ਇੱਕ ਵੀ ਗੱਲ ਨਹੀਂ ਮੰਨੀ ਅਸੀਂ ਸ਼ਸਤਰ ਚੱਕੇ ਕਿਉਂਕਿ ਸਾਡੇ ਗੁਰੂ ਸਾਹਿਬਾਨ ਦਾ ਫਰਮਾਨ ਹੈ ਸਿੱਖ ਕਦੀ ਵੀ ਸ਼ੌਂਕ ਲਈ ਕਿਸੇ ਤੇ ਸ਼ਸਤਰ ਨਹੀਂ ਚੁੱਕਦਾ ਭਾਵੇਂ ਸਿੱਖ ਸ਼ਸਤਰਾਂ ਦਾ ਸ਼ੁਕੀਨ ਹੈ ਪਰ ਕਿਸੇ ਤੇ ਸ਼ਸਤਰ ਚੁੱਕਣਾ ਸਿੱਖ ਦਾ ਸ਼ੌਂਕ ਨਹੀਂ ਲਾਚਾਰਗੀ ਹੋ ਸਕਦੀ ਆ ਗੁਰੂ ਸਾਹਿਬ ਨੇ ਜ਼ਫਰਨਾਮੇ ਦੇ ਵਿੱਚ ਬਚਨ ਵੀ ਕੀਤੇ ਪਰ ਲਾਚਾਰਗੀ ਦਰਮਿਆ ਆਮਦਮ ਬੱਤ ਤਦਬੀਰ ਤੀਰੋ ਤਫੰਗ ਆਮਦਮ ਚੁਕਾਰ ਅਜ ਹਮੇ ਹੀਲ ਤੇ ਦਰ ਗੁਜ਼ਸਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰੇ ਦਸਤ ਕਿ ਜਦੋਂ ਇੱਕ ਸਿੱਖ ਲਾਚਾਰ ਹੋ ਜਾਵੇ ਉਦੋਂ ਸ਼ਸਤਰ ਚੁੱਕਦਾ 47 ਤੋਂ ਬਾਅਦ 84 ਤੱਕ ਜਦੋਂ ਹਰ ਕੋਸ਼ਿਸ਼ ਕਰਕੇ ਅਸੀਂ ਆਪਣੀਆਂ ਮੰਗਾਂ ਮੰਗੀਆਂ ਤੇ ਇਹਨਾਂ ਨੇ ਸਾਨੂੰ ਜ਼ਲੀਲ ਹੀ ਕੀਤਾ ਅਸੀਂ ਤਾਂ ਲਾਚਾਰ ਸੀ ਸ਼ਸਤਰ ਚੁੱਕਣ ਲਈ ਪਰ ਜਿਹੜਾ ਸਰਕਾਰ ਨੇ ਜੁੱਧ ਦੀ ਨੀਤੀ ਅਪਣਾਈ ਨਾ ਜੀ ਉਹ ਮਨੁੱਖਤਾ ਤੋਂ ਡਿੱਗ ਕੇ ਅਪਣਾਈ ਮੈਂ ਕੁਝ ਕੁ ਤੱਤ ਹੋਰ ਸਾਹਮਣੇ ਰੱਖਾਂ ਜਿਹਦੇ ਤੋਂ ਇਹ ਸਿੱਧ ਹੁੰਦਾ ਹੈ ਕਿ ਕਿਵੇਂ ਸਾਡੇ ਨਾਲ ਤੱਕਾ ਹੋਇਆ ਕਿਵੇਂ ਇਹਨਾਂ ਨੇ ਇਨਸਾਨੀਅਤ ਤੋਂ ਡਿੱਗ ਕੇ ਇਹ ਯੁੱਧ ਲੜਿਆ ਦੇਖੋ ਜੀ ਜਦੋਂ ਸਾਰੀਆਂ ਸ਼ਹਾਦਤਾਂ ਹੋ ਗਈਆਂ ਨੇ ਨਾ ਉਸ ਤੋਂ ਬਾਅਦ ਵੀ ਜੋ ਕੁਝ ਇਹਨਾਂ ਨੇ ਕੀਤਾ ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲੇ ਉਹਨਾਂ ਨੂੰ ਤਾਂ ਅਸੀਂ ਸ਼ਾਂਤੀ ਦਾ ਪੁੰਜ ਮੰਨਦੇ ਆ ਨਾ ਉਹ ਤਾਂ ਕਿਸੇ ਦੀ ਵੀ ਮਦਦ ਕਰਨ ਲਈ ਇਹ ਨਹੀਂ ਸੀ ਵੇਖਦੇ ਵੀ ਅਗਲਾ ਬੰਦਾ ਕਿਹੜੇ ਧਰਮ ਦਾ ਹੈ ਉਹਨਾਂ ਨੇ ਉਹਨਾਂ ਨੂੰ ਅਵਾਰਡ ਮਿਲਿਆ ਸੀ ਤੁਸੀਂ ਸਾਰੇ ਜਾਣਦੇ ਹੋ ਪਦਮਸ਼ਰੀ ਉਹਨਾਂ ਨੇ ਵਾਪਸ ਕੀਤਾ ਤੇ ਉਹਦਾ ਉਹਨਾਂ ਨੇ ਇੱਕ ਕਾਰਨ ਦੱਸਿਆ ਉਹਦੇ ਵਿੱਚ 6-7 ਕਾਰਨ ਦੱਸੇ ਨੇ ਪਰ ਉਹਦੇ ਵਿੱਚ ਮੈਂ ਇੱਕ ਕਾਰਨ ਸਾਂਝਾ ਕਰਦਾ ਭਗਤ ਪੂਰਨ ਸਿੰਘ ਨੇ ਲਿਖਿਆ ਕਿ ਇਸ ਫੌਜ ਨੇ ਕੀ ਕੀਤਾ ਕਹਿੰਦੇ ਵੀ ਕੁਝ ਬਜ਼ੁਰਗ ਬੱਚੇ ਬੀਬੀਆਂ ਨੇ ਪਾਣੀ ਦੀ ਮੰਗ ਕੀਤੀ ਇੱਕ ਫੌਜੀ ਤੋਂ ਕਿ ਭਾਈ ਇੰਨੇ ਦਿਨ ਹੋ ਗਏ ਆ ਗਰਮੀ ਦੇ ਵਿੱਚ ਪਿਆਸ ਬਹੁਤ ਲੱਗੀ ਹੈ ਕੁਝ ਮਿਲ ਨਹੀਂ ਰਿਹਾ ਸਾਨੂੰ ਪਾਣੀ ਦੀ ਘੋਟੀ ਪਿਆ ਦਿਓ ਫੌਜੀ ਜੱਗ ਪਾਣੀ ਦਾ ਲੈ ਕੇ ਆਇਆ ਸਾਰੇ ਜਾਨ ਇਕੱਠੇ ਹੋ ਗਏ ਵੀ ਚਲੋ ਪਾਣੀ ਮਿਲੇਗਾ ਉਸ ਫੌਜੀ ਨੇ ਕੀ ਕੀਤਾ ਵੀ ਆਪਦੀ ਜੇਬ ਚੋਂ ਸਿਗਰਟਾਂ ਕੱਢ ਕੇ ਪਾਣੀ ਚ ਘੋਲ ਕੇ ਤੇ ਉਹਨਾਂ ਨੂੰ ਦਿੰਦਾ ਹੈ ਤੇ ਕਹਿਣ ਲੱਗਾ ਵੀ ਇਹ ਗੁਰੂ ਦਾ ਪ੍ਰਸ਼ਾਦ ਸਮਝ ਕੇ ਪੀਓ ਫੌਜੀ ਇਹ ਕੁਝ ਕਰਦੇ ਰਹੇ ਤੇ ਇਹ ਗੱਲ ਮੈਂ ਨਹੀਂ ਭਗਤ ਪੂਰਨ ਸਿੰਘ ਨੇ ਲਿਖੀ ਹੈ ਇਸ ਜਵਾਬ ਦੇ ਵਿੱਚ ਵੀ ਮੈਂ ਇਹ ਅਵਾਰਡ ਕਿਉਂ ਮੋੜ ਰਿਹਾ ਭਗਤ ਪੂਰਨ ਸਿੰਘ ਉਹ ਜਿਹਨੂੰ ਅਸੀਂ ਸ਼ਾਂਤੀ ਦਾ ਪੁੰਜ ਮੰਨਦੇ ਹਾਂ ਉਹਨਾਂ ਨੇ ਕਾਰਨ ਲਿਖਿਆ ਫਿਰ ਹੋਰ ਕਈ ਗੱਲਾਂ ਸਰਕਾਰੀ ਅਤਵਾਦ ਪੁਸਤਕਾਂ ਜੀ ਉਹਦੇ ਵਿੱਚ ਬੜੀਆਂ ਗੱਲਾਂ ਲਿਖੀਆਂ ਕਹਿੰਦੇ ਨੇ ਕਿ ਵੀ ਇਸ ਜੁੱਧ ਦੇ ਦੌਰਾਨ ਇੱਕ ਮਾਈ ਨੂੰ ਗੋਲੀ ਲੱਗੀ ਸੀ ਉਹ ਤਾਂ ਸ਼ਹੀਦ ਹੋ ਕੇ ਪ੍ਰਕਰਮਾਂ 'ਚ ਪਈ ਹੋਈ ਸੀ ਤਪ ਦੀ ਗਰਮੀ ਦੇ ਵਿੱਚ ਤੇ ਉਹਦਾ ਛੋਟਾ ਜਿਹਾ ਬੱਚਾ ਉਹਦੀ ਮਾਂ ਦੇ ਉੱਤੇ ਬੈਠਾ ਸੀ ਕਿ ਮਾਂ ਮੈਨੂੰ ਗਰਮੀ ਬਹੁਤ ਲੱਗ ਰਹੀ ਬੈਠਾ ਵਿਚਾਰਾ ਲਾਚਾਰ ਫੌਜੀ ਲੰਘਿਆ ਉਹਨੇ ਵੇਖਿਆ ਵੀ ਬੱਚਾ ਜਿਉਂਦਾ ਏ ਉਹਨੇ ਕੀ ਕੀਤਾ ਬੱਚੇ ਨੂੰ ਲੱਤੋਂ ਫੜ ਕੇ ਕੰਦ ਨਾਲ ਮਾਰ ਕੇ ਉਹਨੂੰ ਵੀ ਜ਼ੀਦ ਕਰ ਦਿੱਤਾ ਹੁਣ ਬੱਚਾ ਤਤਵਾਦੀ ਨਹੀਂ ਸੀ ਨਾ ਜੀ ਏ ਹੁਣ ਮਨੁੱਖਤਾ ਤੋਂ ਡਿੱਗ ਕੇ ਕੁਝ ਕਾਰਦ ਕੀਤੇ ਗਏ ਇਸ ਤੋਂ ਬਾਅਦ ਇੱਕ ਜੋੜਾ ਸੀ ਜੀ ਇੱਕ ਨੌਜਵਾਨ ਜੋੜਾ ਔਰ ਉਹਨਾਂ ਦੇ ਕੋਲ ਸਾਲਕ ਦਾ ਇੱਕ ਛੜ ਬੱਚਾ ਸੀ ਨੌਜਵਾਨ ਕਹਿਣ ਲੱਗਾ ਵੀ ਆਪਾਂ ਇੱਥੇ ਹੀ ਸਮਾਂ ਬਤੀਤ ਕਰ ਲੈਨੇ ਆ ਪਰ ਉਹ ਔਰਤ ਕਹਿਣ ਲੱਗੀ ਵੀ ਸਾਡੇ ਹੀ ਤਾਂ ਫੌਜੀ ਨੇ ਨਾ ਤੁਸੀਂ ਦੇਖੋ ਅੱਜ ਵੀ ਫੌਜੀ ਮਿਲ ਜਾਂਨ ਸਾਡੇ ਬੱਚੇ ਟਾਟਾ ਕਰਦੇ ਨੇ ਤੇ ਮੈਂ ਉਹਨਾਂ ਫੌਜੀਆਂ ਦੀ ਨਿੰਦਿਆ ਵੀ ਨਹੀਂ ਕਰਦਾ بڑے ਫੌਜੀ ਚੰਗੇ ਵੀ ਹੁੰਦੇ ਨੇ ਜੀ ਬੜੇ ਧਰਮੀ ਫੌਜੀ ਵੀ ਹੁੰਦੇ ਨੇ ਪਰ ਜਿਨ੍ਹਾਂ ਨੇ ਜੋ ਗਲਤ ਕੀਤਾ ਉਹਨੂੰ ਸਾਨੂੰ ਗਲਤ ਕਹਿਣਾ ਜ਼ਰੂਰ ਬਣਦਾ ਹੈ ਉਹ ਬੀਬੀ ਕਹਿਣ ਲੱਗੀ ਵੀ ਫੌਜੀ ਤਾਂ ਆਪਣੀ ਆ ਨਾ ਸਾਡੀ ਰੱਖਿਆ ਲਈ ਆ ਤੇ ਅਸੀਂ ਇਹਨਾਂ ਨੂੰ ਕਹਿ ਦਿੰਨੇ ਆ ਵੀ ਅਸੀਂ ਕਿਹੜੇ ਹਥਿਆਰ ਰੱਖੇ ਨੇ ਅਸੀਂ ਤਾਂ ਅਤਵਾਦੀ ਨਹੀਂ ਸਾਨੂੰ ਜਾਣ ਦਿਓ ਤੇ ਉਹ ਜਦੋਂ ਬੀਬੀ ਜਾਣ ਲੱਗੀ ਕਹਿੰਦੇ ਗੋਲੀ ਆਈ ਪਹਿਲਾਂ ਨੌਜਵਾਨ ਨੂੰ ਵੱਜੀ ਅਗਲੀ ਗੋਲੀ ਆਈ ਛੋਟੇ ਜਿਹੇ ਬੱਚੇ ਨੂੰ ਵੱਜੀ ਅਗਲੀ ਗੋਲੀ ਆਈ ਤੇ ਉਸ ਬੀਬੀ ਨੂੰ ਵੱਜੀ ਉਹਨਾਂ ਫੌਜੀਆਂ ਦੇ ਵੱਲੋਂ ਇਸ ਜਿਹੜੇ ਚੜ੍ਹ ਕੇ ਆਏ ਸੀ ਇਹ ਬੇਕਸੂਰ ਜੋੜਿਆਂ ਨੂੰ ਵੀ ਉੱਥੇ ਸ਼ਹੀਦ ਕਰ ਦਿੱਤਾ ਗਿਆ ਇਹ ਤਾਂ ਕੁਝ ਗੱਲਾਂ ਨੇ ਪਤਾ ਨਹੀਂ ਐਸੀਆਂ ਕਿੰਨੀਆਂ ਗੱਲਾਂ ਨੇ ਜਿੰਦੂ ਅਸੀਂ ਕਹਿ ਸਕਦੇ ਵੀ ਨਰੋਲ ਸਾਡੇ ਤੇ ੱਤਕਾ ਹੋਇਆ ਬਾਅਦ ਦੇ ਵਿੱਚੋਂ ਜਦੋਂ ਲਾਸ਼ਾਂ ਚੁੱਕ ਕੇ ਗਏ ਨੇ ਨਾ ਜੀ ਗੰਦੇ ਗੱਡਿਆਂ ਦੇ ਵਿੱਚ ਗੰਦ ਵਾਲੇ ਟਰੱਕਾਂ ਦੇ ਵਿੱਚ ਉਹ ਲਾਸ਼ਾਂ ਚੁੱਕ ਕੇ ਗਏ ਕਈ ਤਾਂ ਸੈਕਦੇ ਪਏ ਸੀ ਕਿਉਂਕਿ ਕਈਆਂ ਆਮ ਜਿਹੜੀ ਸੰਗਤ ਸ਼ਰਧਾਲੂ ਸੀ ਨਾ ਜੀ ਉਹਨਾਂ ਨੂੰ ਉਹਨਾਂ ਕਮਰਿਆਂ ਦੇ ਵਿੱਚ ਕੈਦ ਕੀਤਾ ਗਿਆ ਉਹਨਾਂ ਕਮਰਿਆਂ 'ਚ ਰੱਖਿਆ ਗਿਆ ਜਿੱਥੇ ਸਿਰਫ 10-10 ਬੰਦੇ ਆ ਸਕਦੇ ਸੀ ਇਹਨਾਂ ਨੇ 50-50 ਵਾਰਡ ਤੇ ਤੇ ਲਾਜ਼ਮੀ ਜੀ ਗੱਲ ਵੀ ਇੰਨੀ ਗਰਮੀ ਦੇ ਵਿੱਚ ਕਈਆਂ ਦੇ ਤਾਂ ਡੇਲੇ ਬਾਹਰ ਆ ਗਏ ਹੋਣਗੇ ਕਈ ਸਹਿਕ ਰਹੇ ਸੀ ਸਹਿਕਦਿਆਂ ਨੂੰ ਟਰੱਕਾਂ 'ਚ ਭਰ ਕੇ ਗਏ ਤੇ ਸਾੜ ਦਿੱਤਾ ਇੱਕ ਤਾਂ ਇੱਕ ਡਾਕਟਰ ਦਾ ਬਿਆਨ ਵੀ ਆਇਆ ਸੀ ਇੱਕ ਹਸਪਤਾਲ ਦੇ ਕਹਿੰਦੇ ਵੀ ਇੱਕ ਬੰਦਾ ਸਹਿਕ ਰਿਹਾ ਸੀ ਤੇ ਡਾਕਟਰ ਨੇ ਕਿਹਾ ਵੀ ਇਹ ਬੰਦਾ ਜੇ ਜਿਉਂਦਾ ਸਵਾਸ ਚੱਲ ਰਹੇ ਨੇ ਇਹਦਾ ਇਲਾਜ ਹੋ ਸਕਦਾ ਹੈ ਫੌਜੀ ਨੇ ਗੋਲੀ ਮਾਰੀ ਤੇ ਕਹਿ ਲਗਾ ਮਰ ਗਿਆ ਤੂੰ ਇਹਨੂੰ ਜਿਉਂਦਾ ਨਾ ਸਮਝ ਇਹ ਕੁਝ ਸਾਡੇ ਨਾਲ ਹੋਇਆ ਪਰ ਮੈਂ ਨਾਲ ਇਹਨਾਂ ਸਾਰਿਆਂ ਨੂੰ ਕਹਿ ਦੇਣਾ ਚਾਹੁੰਦਾ ਤੁਸੀਂ ਜੋ ਮਰਜ਼ੀ ਕਰ ਲੋ ਪਰ ਇੱਕ ਸ਼ਾਇਰ ਦੀ ਬੜੀ ਸੋਹਣੀ ਗੱਲ ਯਾਦ ਆ ਗਈ ਕਹਿੰਦਾ ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ ਅਸੀਂ ਮਰਦੇ ਆ ਮਰਦੇ ਆ ਮੁੱਕਦੇ ਨਹੀਂ ਏਡੀ ਲੰਮੀ ਹੈ ਸਾਡੀ ਕਤਾਰ ਲੋਕੋ ਲੋਕ ਨਿਤ ਜੰਮਦੇ ਤਾਂ ਵੀ ਮੁੱਕ ਜਾਂਦੇ ਸਿੱਖ ਨਿਤ ਮਰਦੇ ਤਾਂ ਵੀ ਮੁੱਕਦੇ ਨਹੀਂ ਇਸ ਕੌਮ ਨੇ ਜ਼ਖਮ ਅਵੱਲੇ ਖਾਦੇ ਨਵੇਂ ਆ ਜਾਵਨ ਪਿਛਲੇ ਸੁੱੱਕਦੇ ਨਹੀਂ ਲੱਗਣ ਸ਼ਹੀਦਾਂ ਦੀ ਯਾਦ ਵਿੱਚ ਸਦਾ ਮੇਲੇ ਲੋਕ ਪਾਪੀ ਦੀ ਕਬਰ ਤੇ ਥੁੱਕਦੇ ਨਹੀਂ ਗੋਲੀਆਂ ਗਿਣ ਕੇ ਜੇ ਤੁਸੀਂ ਮਾਰਦੇ ਨਹੀਂ ਤੇ ਲਾਸ਼ਾਂ ਅਸੀਂ ਵੀ ਗਿਣ ਕੇ ਚੁੱਕਦੇ ਨਹੀਂ ਇਹ ਸਾਨੂੰ ਸਾਡੀ ਕੌਮ ਤੇ ਮਾਣ ਹੈ ਤੁਸੀਂ ਜੋ ਧੱਕਾ ਕਰ ਲੋ ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤਾਂ ਤੇ ਵੀ ਮਾਣ ਹੈ ਤੇ ਜਿਹੜਾ ਰਸਤਾ ਸੰਤਾ ਨੇ ਅਪਣਾਇਆ ਸਾਨੂੰ ਉਹਨਾਂ ਤੇ ਵੀ ਮਾਣ ਹੈ ਕਿਉਂਕਿ ਸਮੇਂ ਨੇ ਜਿਹੜੀ ਮੰਗ ਕੀਤੀ ਅਸੀਂ ਉਹ ਕੀਤਾ ਜੀ ਜੀ ਬਿਲਕੁਲ ਜੋ 1984 ਦੇ ਵਿੱਚ ਧੱਕਾ ਹੋਇਆ ਸਿੱਖਾਂ ਦੇ ਨਾਲ ਉਹ ਪਲੀਪਾਂ ਸਾਰੇ ਹੀ ਜਾਣਦੇ ਨੇ ਚਾਹੇ ਹਿੰਦੂ ਹੋਣ ਚਾਹੇ ਸਿੱਖ ਹੋਣ ਚਾਹੇ ਇਸਾਈ ਹੋਣ ਚਾਹੇ ਮੁਸਲਮ ਹੋਣ ਜੋ ਤੱਕਾ 1984 ਦੇ ਵਿੱਚ ਹੋਇਆ ਬਿਨਾਂ ਗੱਲ ਤੋਂ ਦਰਬਾਰ ਸਾਹਿਬ ਨੂੰ ਟਾਟੇਰੀ ਕਰ ਦੇਣਾ ਪਰ ਠੀਕ ਹੈ ਉਸ ਤੋਂ ਬਾਅਦ ਜੋ ਵੀ ਕੀਤਾ ਸਿੰਘਾਂ ਨੇ ਜਿਹੜੀ ਸਿੱਖਾਂ ਦੀ ਡਿੱਗੀ ਹੋਈ ਪੱਗ ਸੀ ਉਹਨੂੰ ਚੱਕ ਕੇ ਫਿਰ ਜਿਹੜਾ ਉਹ ਸਿਰ ਤੇ ਰੱਖਿਆ ਸੀ ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਬੈਂਤ ਸਿੰਘ ਸ਼ਹੀਦ ਭਾਈ ਕੇਰ ਸਿੰਘ ਜਿਨ੍ਹਾਂ ਨੇ ਉਹ ਚੀਜ਼ ਦਾ ਬਦਲਾ ਵੀ ਲਿਆ ਸੀਗਾ ਪਰ ਫਿਰ ਵੀ ਜਿਹੜੀ ਕੌਮ ਨੂੰ ਘਾਟਾ ਪਿਆ ਸੀਗਾ ਉਹ ਜਿਹੜਾ ਨਾਂ ਪੂਰਾ ਹੋਣ ਵਾਲਾ ਸੀਗਾ ਇੱਕ ਜਿਹੜੇ ਸੰਤ ਸੀਗੇ ਜਿਨ੍ਹਾਂ ਦੀ ਇੱਕ ਬੜੀ ਵੱਡੀ ਦੇਣ ਸੀਗੀ ਆਪਦੇ ਹੱਕਾਂ ਲਈ ਜਿਹੜ ਜੇ ਜਿਹੜੇ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ ਜਰੂਰ ਇਸ ਵੀਡੀਓ ਨੂੰ ਧਿਆਨ ਨਾਲ ਸੁਣਨ ਦੁਬਾਰਾ ਫਿਰ ਸੁਣ ਲੈਣਾ ਕਿ ਕੀ ਡੈਮੋਕ੍ਰੇਸੀ ਸੀ ਜੋ ਸਿੱਖਾਂ ਲਈ ਨਹੀਂ ਸੀ ਉਹਨਾਂ ਲਈ ਡੈਮੋਕ੍ਰੇਸੀ ਆ ਉਸ ਦੇ ਵਿੱਚ ਬਹੁਤ ਗੱਲਾਂ ਅਜਈਆਂ ਨੇ ਕਈ ਲੋਕ ਜਿਹੜੇ ਹੁੰਦੇ ਨੇ ਉਹ ਮੈਸੀਫਰ ਦੁਬਾਰਾ ਗੱਲ ਰਿਪੀਟ ਕਰਦੇ ਕਿ ਬਿਨਾਂ ਸੋਚੇ ਸਮਝੇ ਜਿਹੜੇ ਉਹ ਵਿਚਾਰਾ ਦੇ ਦਿੰਦੇ ਨੇ ਪਰ ਇਹ ਵੀਡੀਓ ਸੁਣ ਕੇ ਤੁਹਾਨੂੰ ਪਤਾ ਲੱਗ ਜਾਏਗਾ ਜੋ 1984 ਦੇ ਵਿੱਚ ਸਿੱਖਾਂ ਦੇ ਨਾਲ ਤੱਕਾ ਹੋਇਆ ਛੈਂਦ ਮੈਨੂੰ ਲੱਗਦਾ ਨਹੀਂ ਇਹ ਕਿਸੇ ਨਾਲ ਹੋਰ ਹੋਇਆ ਹੋਗਾ ਦਿਓ ਜੈ ਤੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ